जाने बंदा किथे किथे जावे अस्सलाम वालेकुम जनाब बंदा करे तो करे की हर होटल दे कमरे दे मैनू काम करने पैंदे किसो कप चोके लिया किसे नु साबण दे किसे नु तौलिया दे ओ नखत्ती मां दे बच्चिया मैं कल्ला करा करा की दस मैनू हैं ओ चवणा जिया अल्लाह दा नाम लेना चाहिदा नेक नीति ना काम करना चाहिदा जिदे ना बंदे दी इज्जत शान वधे हैं कहंदा तेरी आस ते चुकया कदम पहला तेरे नाम नु शर्मा सारियां ने तेरी आस ते चुकया कदम पहला तेरे नाम नु शर्मा सारियां ने तेरी मुश्किल कशाई ते नाज करके बिना परां उडारियां मारियां ने वाजदूदां दे खीर नहीं पकदी असां कीतियां कोशिशां सारियां ने जिन्ने पीर फकीरे लखंड कीतियां ने झिटियां बाजियां वी हारियां ने ते मेहरबानी उहनां भरावां दी जिन्ने ताड़ियां मारियां ने ते तैयार होण दी अंदर बच्चियां सारियां कुछ व्याहियां ते कुछ कुवारियां ने ते लोकां ने हालात दे चक्कर च वेखो किहड़ियां चौलां मारियां ने जरा मजा आ सदके इधर तंदुरुस्ती ते इधर बीमारियां ने आए ते नस के घर जा तेरियां नस गईयां भैणा सूफी ना सारियां ने चुप ए सूफी नु कुछ नहीं हो कहना सूफी दी टीवी च मशहूरी आती हूं सूफी सौप कसे भी घट ते झग भी बहुत थी आए कसे भी घट झग भी बहुत थी कंपनी दी मशहूरी ली चाहा मुफ्त ਜਲੀਲ ਬਾ ਅੱਜ ਲੀਲਾ ਉਹ ਮੈਨੂੰ ਇਹ ਦੱਸ ਕਿਹੜਾ ਕਿਹੜਾ ਕਮਰਾ ਲਾਇਆ ਹੈ ਸਰਕਾਰ ਮੇਰੀ ਗੱਲ ਸੁਣ ਇਸ ਕਮਰੇ ਦੇ ਵਿੱਚ ਪਠਾਨ ਵਾਲੇ ਆਈ ਹੈ ਮੈਨੂੰ ਦੱਸ ਪਠਾਨ ਅੱਲਾ ਮਾਫ ਕਰੇ ਐਸੀ ਪਾਕਿਸਤਾਨ ਦੀ ਵਜੂਰ ਤੇ ਸਾਦੀ ਕੌਮ ਪਠਾਨ ਐਸੀ ਮੈਂ ਸਦਕੇ ਜਾਵਾਂ ਬੈਠੇ ਮੈਨੂੰ ਪਤਾ ਹੈ ਇਹ ਆ ਬੈਠੇ ਬੈਠੇ ਨੇ ਉਹ ਮੈਂ ਕਰੂ ਲੀਆ ਤੇ ਚੁ ਤੇ ਚੁ ਤੇ ਚੁ ਆਏ ਬਾਤ ਮੈਨੂੰ ਪਤਾ ਹੈ ਭਾਏ ਨੇ ਤੁਸੀਂ ਮੁੰਡਿਆਂ ਦੇ ਦਹਿਸ਼ਤ ਕਰਦੇ ਜੀ ਹਾਂ ਸਾਨੂੰ ਪਤਾ ਹੈ ਇਹ ਤਾਂ ਕਲੀਨ ਵੇਜ ਦੇ ਉਹਨਾਂ ਪੁੱਛੋ ਕਿੰਨੇ ਦਾ ਤੇ ਕਹਿੰਦੇ 7000 ਦਾ ਜਿੱਥੇ ਥੱਕ ਜਾਂਦੇ 250 ਦਾ ਦੇ ਕੇ ਨਿਕਲ ਜਾਂਦੇ ਐਡੇ ਮਸੂਮ ਨੇ ਦੋ ਚਾਰ ਪਠਾਨ ਕੋਠੇ ਤੇ ਮੱਝ ਚੋਕ ਕੇ ਲੈ ਕੇ ਜਾਂਦਾ ਮੈਂ ਕਿਹਾ ਖਾਨ ਸਾਹਿਬ ਉੱਤੇ ਕੋ ਲਾ ਕੇ ਜਾਂਦੇ ਕਹਿੰਦਾ ਮਾੜਾ ਉੱਪਰ ਜ਼ਿਬਾ ਕਰੇਗਾ ਮੈਂ ਕਿਹਾ ਉੱਪਰ ਕਿਉਂ ਜ਼ਿਬਾ ਕਰੇਗਾ ਕਹਿੰਦਾ ਚੂਰੀ ਉੱਪਰ ਪੜਾ ਲੈ ਇਹ ਤੇ ਐਡੇ ਸ਼ਹਾਜ਼ਾਦੇ ਨੇ ਜਨਾਬ ਪਠਾਨ ਕਿਸੀ ਸ਼ਰਾਰੀ ਕੌਮ ਹੈ ਹਾਂ ਇੱਕ ਪਠਾਨ ਨੇ ਅਜ ਤੱਕ ਸਮੁੰਦਰ 'ਚ ਛਾਲ ਮਾਰੀ ਹਾਂ ਮੱਛੀ ਨੂੰ ਬਾਹਰ ਸੁੱਟ ਕੇ ਕਹਿੰਦਾ ਤੂੰ ਬਚ ਜਾ ਹਮਾਰੀ ਖੈਰ ਉਏ ਤੇ ਐਡੇ ਸ਼ਹਾਜ਼ਾਦੇ ਪਠਾਨੇ ਦੇ ਨੇ ਨਸਵਾਰ ਮੁੱਕ ਜੇ ਬੱਕਰੇ ਦੀ ਪੂਛਲ ਚੁੱਕ ਕੇ ਕਹਿੰਦੇ ਮਾੜਾ ਖੁਰਾਕ ਸੁੱਟੋ ਜਾ ਹਾਂਜੀ ਚਵੜਾਈਆ ਉਤੋਂ ਨਾਲ ਦੂਜੇ ਤੇ ਸ਼ੇਖ ਵਾਲੇ ਨੇ ਆਹਾ ਉਹ ਪਾਕਿਸਤਾਨ ਦੀ ਵੱਡੀ ਕਨੂਸ ਕੌਮ ਅੰਦਰਵਾੜੀ ਏ ਇਹਨਾਂ ਦੇ ਘਰ ਨੌਕਰੀ ਕੀਤੀ ਮੈਂ ਕਿਹਾ ਜਨਾਬ ਕਰਨਾ ਕੀ ਕਹਿੰਦੇ ਦਾਤਾ ਦਰਬਾਰ ਜਾਣਾ ਆਪਣੀ ਖਾਣ ਹੀ ਸਾਡੀ ਲੈ ਆਉਣੀ ਇਹ ਇਹਨਾਂ ਤੋਂ ਵੀ ਸ਼ਹਾਜ਼ਾਦੇ ਆ ਰਾਈ ਬਾਦਸ਼ਾਹ 5 ਕਿਲੋ ਗੋਸ਼ਤ ਫ੍ਰਿਜ ਪਿਆ ਵਾ ਰੋਟੀ ਫੇਰ ਗੰਡੇ ਨਾ ਖਾਣੀ ਮੈਂ ਕਿਹਾ ਰਾਈ ਬਾਦਸ਼ਾਹ ਰੋਟੀ ਗੰਡੇ ਨਾ ਕਿਉਂ ਖਾਂਦੇ ਕਹਿੰਦਾ ਸੱਪ ਨਹੀਂ ਲੜਦਾ ਇਹਨਾਂ ਤੋਂ ਵੀ ਸ਼ਹਾਜ਼ਾਦੇ ਆ ਜੱਟ ਇਹ ਰਜੇ ਹੁਣ ਕੁੱਟਣ ਦਾ ਪੈਂਦੇ ਭੁੱਖੇ ਹੁਣ ਲੁੱਟਣ ਦਾ ਪੈਂਦੇ ਇਹਨਾਂ ਤੋਂ ਵੀ ਸ਼ਹਾਜ਼ਾਦੇ ਆ ਰਾਣੇ ਇਹ ਰਾਣਾ ਬੰਦਾ ਮੁਸ਼ਕਲ ਹੀ ਕੋਈ ਨਹੀਂ 3 ਮਹੀਨੇ ਟਿਕਾ ਕੇ ਝੂਠ ਮਾਰੋ ਰਾਣਾ ਤਿਆਰ ਆਓ ਪਿਆ ਹੈ ਅਸਲਾਮ ਅਲੈਕਮ ਜਨਾਬ ਅਰੇ ਵਾਲੇਕਮ ਸਲਾਮ ਜਨਾਬ ਜੀ ਹੋਟਲ ਜਾਇਆ ਕਮਰਾ ਲੈਣ ਹਾਂਜੀ ਕਮਰਾ ਲੈਣ ਆਏ ਤੇ ਐ ਮੇਰੀ ਟੁੱਚ ਕੜੋਚੇ ਅੱਛਾ ਤੁਹਾਡੀ ਵਾਲਦਾ ਮਾਜਦਾ ਆ ਜਾਓ ਏ ਮੇਰੀ ਮਸ਼ੂਕੇ ਅੱਛਾ ਮੈਂ ਪਿੰਡੋਂ ਨਸਾਕ ਲੈ ਕੇ ਆਇਆ ਓਏ ਭਲਾ ਕੌਣ ਹੈ ਕੌਣ ਓਏ ਗਾਂਧੀ ਦਾ ਮੁੰਡਾ ਹੀ ਮੈਂ ਕਿਹਾ ਜਲਦੀ ਕਰੋ ਕਮਰੇ 'ਚ ਚੱਲੀਏ ਉਹ ਤੁਹਾਡੇ ਸਦਕੇ ਜਾਓ ਉਹ ਠਹਿਰ ਜਾ ਤੈਨੂੰ ਕਿਹੜੀ ਅੱਗ ਲੱਗੀ ਏ ਜਲਦੀ ਜਲਦੀ ਗੱਲ ਨਵੇੜੋ ਨਾ ਠਹਿਰ ਜਾਓ ਕਮਰਾ ਦਿਓ ਜਲਦੀ ਕਮਰਾ ਤੁਹਾਨੂੰ ਦੇ ਦਿੰਨੇ ਆ ਜਨਾਬ ਤੁਸੀਂ ਮੀਆਂ ਬੀਵੀ ਜੇ ਨਾ ਮੀਆਂ ਬੀਵੀ ਨਹੀਂ ਦੱਸਿਆ ਇਹਨੂੰ ਮੈਂ ਪਿੰਡੂ ਨੂੰ ਸਾਕ ਲਿਆਂਦਾ ਅੱਛਾ ਉਹ ਜੀ ਤੁਰਦੀ ਨਹੀਂ ਸੀ ਵੇ ਹਲੋ ਕੀ ਚਲੰਗ ਕਮਰਾ ਦੇ ਸੀ ਅੰਦਰ ਜਾਈਏ ਗੱਲਾਂ ਬਾਤ ਕਰ ਲਈ ਹਾਂਜੀ ਮੈਂ ਵੇਟਰ ਤੂੰ ਕੌਣ ਹੈ ਮੈਂ ਵੀ ਵੇਟਰ ਗਰੀਬ ਗੁਰਬਾ ਮੈਨੇਜਰ ਨੂੰ ਬੁਲਾਓ ਗਰੀਬ ਗੁਰਬਾ ਤੇਰੇ ਸਦਕੇ ਜਾਵਾਂ ਹੈ ਸਾਨੂੰ ਗਰੀਬ ਕਹਿੰਦੇ ਆ ਤੇਰੀ ਮਾਂ ਹਬੀ ਬੈਂਚ ਸੌਂਦੀ ਐ ਵੇਖ ਮੇਰਾ ਪੁੱਤਰ ਓਹੋ ਟੈਨਸ਼ਨ ਨਹੀਂ ਲੈਣੀ ਕੀ ਬਾਤ ਹੈ ਮੇਰੇ ਪੁੱਤਰ ਮੈਨੇਜਰ ਬੁਲਾ ਸਿਰਾਦੇ ਸਿਰਾਦੇ ਨੂੰ ਕੋਈ ਨਾ ਲੈ ਵੇਚ ਕੇ ਆਇਆ ਮੈਨੇਜਰ ਬੁਲਾਓ ਮੈਨੇਜਰ ਜਲਦੀ ਮੈਨੇਜਰ ਬਣਾਓ ਮੈਂ ਉਹ ਤੁਹਾਨੂੰ ਨਹੀਂ ਪਤਾ ਕੀ ਨਿਜ਼ਾਮ ਹੈ ਓਏ ਕੀ ਨਿਜ਼ਾਮ ਹੈ ਵੱਡੀ ਤੇ ਬੱਕਰਾ ਵਾਂ ਤੁਰ ਗਿਆ ਤੇ ਕਦੀ ਕੰਨ ਚੱਕ ਕਰੇ ਕਦੀ ਉਹਦੇ ਦੰਦ ਚੱਕ ਕਰੇ ਕਦੇ ਖੋਰ ਚੱਕ ਕਰੇ ਬੱਕਰਾ ਕਹਿੰਦਾ ਮੈਨੂੰ ਛੁਰੀ ਫੜ ਲਈ ਮੈਨੂੰ ਭੈਣ ਦਾ ਰਿਸ਼ਤਾ ਦੇ ਰਹੀ ਬਾਹਰ ਚਲਾ ਓਏ ਜੋ ਮਰਜ਼ੀ ਕਹੀਦਾ ਹਾਂ ਜੋ ਮਰਜ਼ੀ ਲਿਓ ਕਮਰਾ ਦਿਓ ਉਹ ਕਮਰਾ ਦੇ ਦੇਣੀ ਗੱਲ ਦੱਸੋ ਤੁਹਾਡੇ ਕੋਲ ਮੋਟਰਸਾਈਕਲ ਹੈ ਹਾਂ ਮੋਟਰਸਾਈਕਲ ਹੈ ਨਹੀਂ ਤੇ ਹੈਲਮਟ ਕਾ ਨਹੀਂ ਪਾਇਆ ਹੈਲਮਟ ਇਹ ਪਾਣਾ ਹੈ ਯਾ ਜਲਦੀ ਲਿਓ ਮੈਨੇਜਰ ਬੁਲਾਓ ਓ ਮੈਨੇਜਰ ਪੁੱਛ ਲੈਂਗੇ ਜਨਾ ਪੁੱਤ ਓਏ ਕਹੋ ਮੈਨੇਜਰ ਆਏਗਾ ਕਮਰਾ ਤੇ ਫੇਰ ਓਏ ਕੋ ਬਚ ਕੇ ਰਹੇ ਨੇ ਵਾਪਸ ਤੁਰ ਜਾਣਾ ਅੱਛਾ ਉਹ ਤੁਹਾਨੂੰ ਪਤਾ ਨਹੀਂ ਮੈਂ ਸਲਾਜੀਤ ਕਾਦੀ ਏ ਫੜ ਫੜ ਮੈਨੇਜਰ ਬੁਲਾਓ ਪਿੱਛੇ ਵੇ ਆ ਫੜ ਮੈਨੇ ਪੁੱਤ ਓਏ ਮੈਨੇਜਰ ਬੁਲਾਓ ਤੇ ਤੁਸੀਂ ਰਗੜੇ ਜਾਓਗੇ ਹੋਰ ਰਗੜੇ ਓਏ ਚਾਚਾ ਗੱਲ ਦੱਸ ਹਾਂ ਇਹ ਐਨਕ ਦੂਰ ਦੀ ਕਿ ਨਜ਼ਦੀਕ ਦੀ ਦੂਰ ਦੀ ਦੱਸ ਫਿਰ ਸ਼ੇਖੂਪੁਰੇ ਕੀ ਹੋਣ ਦੇ ਆ ਉੱਥੇ ਤੇਰਾ ਘਰ ਹੈ ਨਾ ਉੱਥੇ 5 ਬੰਦੇ ਅੰਦਰ ਵੜੇ ਨੇ मैं पंडी वो छड़ दियो कमरा किथे ही उठ जाओ
ਵੱਡਾ ਹੀ ਗਾਹਕ ਆ ਗਿਆ ਅੱਲਾ ਨੇ ਕੀਤਾ ਤੇ ਮੈਨੇਜਰ ਬਲਾ ਮੈਨੇਜਰ ਮੈਨੇਜਰ ਸਾਹਿਬ ਲੇਟ ਨੇ ਜ਼ਰਾ ਤੁਹਾਡੀ ਮਿਹਰਬਾਨੀ ਮੈਂ ਕਿਹਾ ਗੱਲ ਤਾਂ ਸੁਣੋ ਹਾਂਜੀ ਇਹ ਮਾਲ ਤੁਹਾਡੇ ਆ ਸਕਦੇ ਨੇ ਕਿਸ ਤਰ੍ਹਾਂ ਮੂੰਹ ਖੋਲ ਕੇ ਤਾਲੀ 'ਚ ਜੁੱਤੀਆਂ ਮਾਰੋ ਉਹ ਛੱਡ ਦੇ ਜੁੱਤੀਆਂ ਮਾਰਦਾ ਪਹਿਲ ਉਹ ਤੇ ਕਰ ਲੈਂਦੇ ਉਹ ਠਹਿਰ ਜਾ ਕੀ ਉਹ ਕਰਨ ਆਇਆ ਤੂੰ ਕਰੋ ਬੈਰਨ ਕਰਨ ਆਇਆ ਕਮਰਾ ਲਿਓ ਕਮਰਾ ਸਵੀਟ ਕਮਰਾ ਸਵੀਟ ਕਮਰਾ ਹਾਂ ਬਾਅਦ ਚੋਂ ਨਾ ਕਮਰੇ 'ਚ ਕੀੜੇ ਆਉਂਦੇ ਨਾ ਲਿਖਾ ਨਾ ਨਾ ਕੀ ਤੁਹਾਡਾ ਨਾ ਲਿਖ ਪੈਨਸ਼ਨ ਦੇ ਦੇ ਤਾਂ ਕਾਹਦਾ ਮੈਨੇਜਰ ਦੇ ਕੋਲ ਹੀ ਸਭ ਕੁਝ ਏਡੇ ਕਾਲੇ ਜ਼ਮਾਨਤ ਦੇ ਤੌਰ ਤੇ 20000 ਰੁਪਇਆ ਦਿਓ ਪੁੱਤਰ ਜਿੰਨੇ ਮਰਜ਼ੀ ਲਾਜ਼ਾਰ ਲੈ ਪਹਿਲੇ ਲੈ ਹਾਂਜੀ ਕੀ ਲਿਖਾਂ ਨਾ ਲਿਖ ਕੀ ਨਾ ਨਾ ਲਿਖਣਾ ਉਹ ਦਹਾ ਲਾਹੋ ਤੇ ਸਹੀ ਤੇ ਕਿਹਾ ਕਰਿਆ ਨਾ ਲਿਖ ਸੱਚੀ ਦਿਆ ਬੱਚਿਆ ਮੈਂ ਤੈਨੂੰ ਕਹਿੰਦੇ ਨਾ ਲਿਖਾ ਦੇ ਤੇ ਕੁੱਤੇ ਦਾ ਪੁੱਤਰਾ ਕਿਹਾ ਕਰਿਆ ਨਾ ਲਿਖ ਇਹਨੂੰ ਮੇਰੇ ਜਿਵੇਂ ਮਿਲਣਾ ਚਾਹੀਦਾ ਤੈਨੂੰ ਕਹਿੰਦੇ ਨਾ ਲਿਖਾ ਤੇ ਮੈਂ ਕਹਿ ਰਿਹਾ ਨਾ ਲਿਖ ਲਿਖਾ ਨਾ ਲਿਖੋ ਹਾਂਜੀ ਕੀ ਨਾ ਲਿਖਾ ਅਬਦਲ ਗਫੂਰ ਅਬਦਲ ਗਫੂਰ ਟੁੱਚ ਕੜੋਚ ਟੁੱਟ ਕੜੋਚ ਕੀ ਆ ਉਹਨੇ ਸਾਹ ਤੁਹਾਨੂੰ ਦੱਸਣਾ ਹੋਵੇ ਨਾਮ ਹੈ ਜਨਾਬ ਕੀ ਨਾਮ ਅਬਦਲ ਗਫੂਰ ਟੁੱਚ ਕੜੋਚ ਛੱਡ ਦੇ ਕਮਰਾ ਦੱਸ ਕਮਰਾ ਕਹੀ ਤੋਂ ਮੁੜ ਜਾ ਨਹੀਂ 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 ਅੱਛਾ ਮੈਨੇਜਰ ਨੂੰ ਬੁਲਾ ਲੈ ਮੈਨੇਜਰ ਨੂੰ ਬੁਲਾ ਲੈਨੇ ਆ ਮੈਨੇਜਰ ਦਾ ਸ਼ੱਕ ਪੈ ਗਿਆ ਖਸ਼ਬੂਆਂ ਮੈਨੇਜਰ ਦੀਆਂ ਦੱਸ ਦਿੰਦੀਆਂ ਆ ਗਿਆ ਬੁਲਾ ਲਓ ਬੁਲਾ ਲਓ ਮੈਨੇਜਰ ਸਾਹਿਬ ਅਸਲਾਮ ਅਲੈਕਮ ਸਵਾਲ ਕੀਤਾ ਮਾਂ ਕੈਸੀ ਹਸਤੀ ਹੈ ਅਗੋ ਕਹਿੰਦਾ ਐਸੇ ਹਸਤੀ
अच्छा जी। हाँ जी चलो। अच्छा आप मेरे पास आए।
आप मुझे ये बताएं, अगर कोई इंग्लिश कस्टमर आए तो आपको वो बोलेंगे वन कप टी लेके आओ तो क्या लेके आओगी? कॉफी। हाँ जी कॉफी। टी जाम कहने नहीं, मरे बच्चे जब मैं कॉफी लेके आऊंगी। अच्छा आप कॉफी लेके आएंगी। अच्छा को पेंडू पता है तेरे का कि लस्सी लेके की लेके आएंगी? किस तरह लेके आएगी? और क्या लेके लस्सी लेके आ कौन पता लगे? क्यों मैं दसा पता लग गया तेनू? है मैं तेरी नौकर थोड़ी हैगी, मैं तो नौकरी कर रही हूं, मैं नौकरा नहीं नौकर नहीं है। हां मैं मैनेजर हूं, खुदा की कसम पीछे गया कैसे भी साहब ने। अच्छा तो मैनेजर और तो मैनेजर मैनेजर जेडी गुंदी ना सर तो गल मानदी होती है। मैं नहीं मानदी, मैं तेरा बदतमीज तरीके दी है, रस देना ए तेरा आदरी फैसला। सीधी होके खलो। क्यों डर लगता? लाहौर तेरे के गुजरन नहीं बख्शते ਕਰਦੇ ਹੋ ਮਾਰ ਦੇ ਰਹਾ ਨਾ। ਅੱਛੀ ਗੱਲ ਹੈ ਨਾ। ਹਾਂ ਠੀਕ ਗੱਲ ਹੈ ਨਾ। ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਹੈ ਨਾ, ਸਾਡਾ ਆਪਣਾ ਤਰੀਕਾ ਸੀ। ਅੱਛਾ ਇਹ ਤੁਹਾਡਾ ਤਰੀਕਾ ਹੈ? ਕੀ ਮਤਲਬ ਹੈ? ਮੈਂ ਤੁਹਾਡੀਆਂ ਗੱਲਾਂ ਨਾ ਕਰਿਆ ਕਰੋ, ਤੁਸੀਂ ਗੱਲਾਂ ਕਰਕੇ ਵਕਤ ਸੇ ਆਇਆ ਸਾਨੂੰ ਤੇ ਇਸ ਲਈ ਕਸਟਮਰ ਨਹੀਂ ਆਉਂਦੇ ਹੈ। ਸਰ ਕਸਟਮਰ ਤੇ ਇੱਥੇ ਆਉਣਗੇ ਮੈਡਮ, ਅਸੀਂ ਤੇ ਰੁਕੀ ਕਰੀ ਇੰਤਜ਼ਾਰ ਤੇ ਕਰ ਰਹੇ ਹਾਂ। ਹਾਂਜੀ ਅੱਛੇ ਤਰੀਕੇ ਨਾਲ। ਅੱਛਾ ਬਾਈ ਦਾ ਵੇ ਤੁਸੀਂ ਤਾਂ ਪੜ੍ਹੇ ਲਿਖੇ ਹੋ। ਬੜੇ ਕਿੰਨਾ ਪੜ੍ਹੇ ਲਿਖੇ ਹੋ? ਬਿਲਕੁਲ ਜ਼ੀਰੋ। ਨਹੀਂ ਫੇਰ ਵੀ ਕਿੰਨਾ ਪੜ੍ਹੇ ਲਿਖੇ ਦੱਸੋ ਸਹੀ ਨਾ। ਪੜ੍ਹੇ ਲਿਖੇ ਹੁੰਦੇ ਤੇ ਇੱਥੇ ਹੁੰਦੇ ਕਿਸੇ ਨੌਕਰੀ ਲੱਗੇ। अच्छा चलो थोड़ा बहुत तो इंसान पढ़े लिखा होता ना। नहीं मैं आई लव यू का की मतलब है? मैं तुमसे प्यार के। शट अप, मुझे फसाना चाहती हो? पहले मेरी सात बच्चियां ने मत मारी पई है, निकल अंदर। क्यों मैं निकलवा जा? प्लीज जाए अंदर से ना, आप एक कप चाय का लेकर आए, वो कस्टमर आएगा तो मैं आपको बुला लेता हूँ। इतनी जल्दी? हाँ प्लीज इतनी जल्दी, गर्मी बहुत ज्यादा है। तेन पले नहीं लगती? सानू नहीं लगती हैगी, और इंसान नहीं बैठा हैगा और नहीं लगती। ਯਾਰ ਗੱਲ ਤੇ ਬਹਿਸ ਕਰਨ ਨੇ ਹੋ, ਮੈਨੂੰ ਲੱਗਦਾ ਤੁਸੀਂ ਨਾ ਮੈਨਰ ਸੈਲਫਿਸ਼ ਨਹੀਂ, ਤੁਸੀਂ ਮੇਰੀ ਵਾਲਦਾ ਹੋ। ਹਾਲੇ ਆਪਣਾ ਮੂੰਹ ਵੇਖ ਤੇ ਮੇਰਾ ਵੇਖ, ਮਾਸ ਅੱਗੇ ਜਾਵੇ ਮੇਰਾ ਮੂੰਹ ਡਿਫੈਂਸ ਕਿੱਥੇ ਹੀ ਹੁਣਾ ਬਾਪ, ਕਿੱਥੇ ਹੀਰਾ ਕਿੱਥੇ ਬਾਬਾ ਸੀਰਾ ਛੱਲਾ, ਕਿੱਥੇ ਗੁਲਾਬ ਦਾ ਫੁੱਲ ਕਿੱਥੇ ਫੁੱਲ ਮਰਿਆ ਨਹੀਂ, ਇੰਨੇ ਇੰਨਾ ਡੈਂਗੀ ਚੱਲਿਆ ਤੂੰ ਨਹੀਂ ਮਰਿਆ, ਤੂੰ ਨਿਫਾ ਚੀਰੀ ਆ, ਤੂੰ ਮੇਰੇ ਮਗਰ ਹੀ ਆ। ਜਾ ਅੰਦਰ ਸੇ ਇੱਕ ਕੱਪ ਚਾਹ ਲੈ ਕੇ ਆਓ। ਅਸਲਾਮ ਅਲੈਕਮ ਜਨਾਬ। ਅਸਲਾਮ ਅਲੈਕਮ ਜੀ। ਅਸਰ ਸਰ 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 ਪੀਸ ਆ ਕੇ। ਵਾਹ ਵਾਹ ਕਿਆ ਕਹਿਣੇ ਕਿਆ ਕਹਿਣੇ ਕਿਆ ਕਹਿਣੇ ਭਾਈਆਂ, ਤੁਸੀਂ ਪਿੱਛੇ ਹੋ ਜਰਾ। ਵਾਹ 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 ਵਾਹ, ਥੋੜਾ ਜਿਹਾ ਮੂੰਹ ਪਰਣ ਕਰੋ। ਵਾਹ ਵਾਹ ਕਿਆ ਕਹਿਣੇ ਕਿਆ, ਤੁਸੀਂ ਅੱਗੇ ਹੋ ਕੇ ਹੋ ਕੇ ਹੋ ਕੇ ਹੋ ਵਾਹ ਜੀ। ਥੱਲੇ ਬਹਿ ਜਾਓ, ਥੱਲੇ ਬਹਿ ਜਾਓ, ਥੱਲੇ ਬਹਿ ਜਾਓ, ਥੱਲੇ ਲੰਮੇ ਪੈ ਜਾ, ਲੰਮੇ ਪੈ ਜਾ, ਲੰਮੇ ਪੈ ਜਾ, ਲੰਮੇ ਪੈ ਜਾ। ਐਮ ਜੇ ਰਾਣਾ ਕਿੱਥੇ ਆ? ਆ ਐਮ ਜੇ ਰਾਣਾ ਹੀ ਆ, ਹੋਰ 24 ਦਾ ਸਾਈਕਲ ਹੈ। ਸਰ ਮੈਂ ਬੜਾ ਵੱਡਾ ਡਾਇਰੈਕਟਰ ਆ, ਫਿਲਮਾਂ ਦਾ ਡਾਇਰੈਕਟਰ, ਪਾਕਿਸਤਾਨ ਫਿਲਮ ਇੰਡਸਟਰੀ ਦੇ ਵਿੱਚ ਜਿੰਨਾ ਬੇੜਾ ਗੜਕ ਹੋਇਆ ਫਿਲਮਾਂ ਦਾ, ਅਜੇ ਜੇ ਇਹ ਮੈਂ ਹੀ ਕੀਤਾ। ਸਰ ਮੈਨੂੰ ਤੁਹਾਡਾ ਹੋਟਲ ਪਸੰਦ ਆਇਆ, ਇੱਥੇ ਮੈਂ ਫਿਲਮ ਦੀ ਸ਼ੂਟਿੰਗ ਕਰਨਾ ਚਾਹ ਰਿਹਾ। ਸਰ ਬਿਸਮਿਲ੍ਲਾ ਬਿਸਮਿਲ੍ਲਾ, ਕੌਣ ਨੇ ਇਹ? ਕੌਣ ਨੇ ਇਹ? ਲੜਕੀ ਸਰਚੇ ਤੱਕ ਲੋਕੀ ਹੁੰਦੀ ਏ, ਇਹ ਆਏ ਕੇ ਬੰਦੇ ਡੀਲ ਕਰਦੀ ਏ। ਯਾਨੀ ਕਿ ਆਏ ਕੇ ਵਾਸਤੇ ਤੁਸੀਂ ਇਹ ਰੱਖੀ ਏ? ਹਾਂਜੀ ਆਏ ਕੇ ਵਾਸਤੇ ਭਾਜੀ। ਹੈਲੋ, ਹੋਟਲ ਦੇ ਵਿੱਚ ਜਿਹੜਾ ਕਸਟਮਰ ਆਉਂਦਾ ਉਹਦਾ ਨਾਮ ਪਤਾ ਲਿਖ ਦਈਏ? ਸਰ ਨਾਮ ਪਤਾ ਲਿਖ ਲਓ, ਦਰਸਲ ਮੈਂ ਤੁਹਾਡਾ ਪੂਰਾ ਹੋਟਲ ਬੁੱਕ ਕਰਵਾਉਣਾ। ਕਿੰਨੇ ਕਮਰੇ ਨੇ ਇੱਥੇ? ਸਾਡੇ ਕੋਲ ਜਨਾਬ 446 ਕਮਰੇ ਨੇ ਜਨਾਬ। 446 ਕਮਰੇ ਬੁੱਕ ਕਰਦੇ ਹੋ ਕਿਉਂਕਿ ਮੈਂ ਫਿਲਮ ਦੀ ਸ਼ੂਟ ਕਰਨੀ ਹੈ ਸਾਰੇ ਤੇ। ਸਾਰੇ ਕਮਰੇ ਤੁਸੀਂ ਲਵਾਂਗੇ? ਜੀ ਸਰ ਮੈਂ ਲਵਾਂਗਾ, ਪ੍ਰੋਡਿਊਸਰ ਮੇਰੇ ਨਾਲ ਹੈ। ਜਨਾਬ ਦਾ ਤਾਰਫ ਕੀ ਹੈ? ਇਹ ਜਨਾਬ ਮੈਂ ਆਈ ਹਾਂ ਮੈਨੇਜਰ ਯਹਾਂ ਪੇ, ਮੈਂ ਮੈਨੇਜਰ ਹੋਟਲ ਦਾ। ਯਾਰ ਬੜੀ ਗੱਲ ਹੈ, ਬੜੇ ਬੜੇ ਮੈਨੇਜਰ ਵੇਖੇ ਨੇ ਲੇਕਿਨ ਹੋਟਲ ਦੀ 70 ਮੈਨੇਜਰ ਹੈ ਇਹ ਮੈਂ ਪਹਿਲੀ ਵਾਰੀ ਵੇਖੀ। ਹਾਂ ਅਸਲ ਮੈਂ ਯਕੀਨ ਕਰ ਮੈਂ ਪਹਿਲੀ ਵਾਰੀ ਵੇਖੀ ਹੈ। ਅਮਾਨ ਨਾਲ ਕੀ ਫੇਸ ਹੈ ਤੇਰਾ? ਜੀ ਜੀ ਅਮਾਨ, ਤੈਨੂੰ ਫਿਲਮ ਦੇ ਵਿੱਚ ਮੈਂ ਫਿਲਮ ਦਾ ਰੋਲ ਕਰਾਉਣਾ ਹੈ, ਫਿਲਮ ਦਾ। ਹਾਂ ਮੇਰੀ ਮਾਂ ਕਿਹਾ ਮੈਨੂੰ ਕਹਿੰਦੀ ਸੀ ਤੂੰ ਦੋਵੇਂ ਲਹਮਾਈਆਂ ਤੇਰਾ ਸੀ ਲੱਗਦਾ ਹੈ। ਸਰ ਮੇਰੀ ਫਿਲਮ ਦੇ ਵਿੱਚ ਰੋਲ ਹੀ ਹਰਾਮ ਦੇ ਦਾ ਹੈ। ਹਾਂ ਬਿਲਕੁਲ, ਅਸਲ ਦੇ ਵਿੱਚ ਹਰਾਮ ਦਾ ਰੋਲ। ਓਏ ਨੀ ਨਾ ਯਾਰ, ਚਲਾ ਸਾਰਾ ਡਾਕਟਰਾਂ ਦੇ ਆ ਤੇਨ ਮੈਂ ਹੋ ਲਾਂਗਾ ਹੋਟਲ ਕੈਂਸਲ ਤੁਹਾਡਾ। ਨਹੀਂ ਸਰ 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 ਸੌਰੀ ਸਰ, ਮੈਂ ਪੀਸੀ ਲੈ ਲਾਂਗਾ, ਮੈਂ ਫਲੈਟੀ ਹੋਟਲ ਕਰਾ ਲਾਂਗਾ ਬੁੱਕ, ਇੱਥੇ ਮੈਂ ਫਿਲਮ ਨਹੀਂ ਬਣਾਉਣੀ। ਸਰ ਜੋ ਇੱਥੇ ਸਹੂਲਤ ਹੈ ਨਾ ਪੀਸੀ ਚ ਨਾ ਫਲੈਟੀ ਦੇ ਵਿੱਚ। ਤੁਹਾਨੂੰ ਪਤਾ ਹੈ ਅੱਲਾ ਮੈਨੂੰ ਮਾਫ ਕਰੇ ਜਿੱਡਾ ਵੱਡਾ ਮੈਂ ਡਾਇਰੈਕਟਰ ਆ। ਕਿੱਡਾ ਵੱਡਾ? ਆ ਸੈਯਦ ਨੂਰ ਨੇ ਫਿਲਮ ਬਣਾਈ ਮਹਿੰਦੀ ਵਾਲੇ ਹੱਥ। ਵੈਰੀ ਗੁੱਡ। ਤੇ ਮੈਂ ਉਹਦੇ ਮੁਕਾਬਲੇ ਤੇ ਫਿਲਮ ਬਣਾ ਰਿਹਾ। ਕਿਹੜੀ? ਕੋਏ ਵਾਲੀ ਲੱਤ। ਸਰ ਮੈਂ ਬਣਾ ਰਿਹਾ, ਮੈਂ ਬਣਾ ਰਿਹਾ। ਹੋਰ ਕਿਹੜੀ ਫਿਲਮ ਬਣਾ ਰਹੇ ਹੋ? ਸਰ ਮੈਂ ਬਣਾ ਰਿਹਾ ਸੰਡਾ ਮੇਰੇ ਵੀਰ ਦਾ। ਸੰਡਾ? ਯਕੀਨ ਕਰੋ ਤੁਹਾਨੂੰ ਮੈਂ ਉਹਦੇ ਵਿੱਚ ਹੀਰੋ ਲਾਂਗਾ। ਮੈਂ ਕੋਈ ਆਮ ਡਾਇਰੈਕਟਰ ਨਹੀਂ ਹੈਗਾ। ਕੋਈ ਹੀਰੋ ਲਵਾਂਗੇ? ਜੀ ਸਰ। ਇਹ ਹੀਰੋ ਨਾ ਪਤਾ ਲਿਖ ਲਓ ਮੇਰਾ। ਚਲੋ ਜੀ ਮੈਨੇਜਰ ਸਾਹਿਬ, ਤੁਹਾਡਾ ਕੰਮ ਹੈ ਲਿਖਣਾ। ਤੁਸੀਂ ਲਿਖੋ, ਲਿਖੋ ਐਮ ਜੇ ਰਾਣਾ। ਲਓ ਮੈਂ ਲਿਖਦਾ। ਲਿਖ ਲਓ ਐਮ ਜੇ ਰਾਣਾ। ਐਮ ਜੇ ਰਾਣਾ ਤੇ ਮੇਰਾ ਲੱਗਾ ਰਹੇ।
ਹੁਣ ਆਣਾ ਜਾਣਾ ਆ ਤੇ ਲੱਗਾ ਸਰ ਮੈਂ ਜਦੋਂ ਹੋਟਲ ਬੁੱਕ ਕਰਾ ਲੈਣਾ ਤੇ ਮੈਂ ਹੀ ਇੱਥੇ ਰਹਿਣਾ ਤੁਹਾਨੂੰ ਕਾਹਦੀ ਐਡੀ ਟੈਨਸ਼ਨ ਹੈ ਸਰ ਸੌਰੀ 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 ਜੀ ਅੱਗੇ ਆਪਣਾ ਨਾਮ ਪਤਾ ਲਿਖਾਓ ਜੀ ਸਰ ਪਤਾ ਕੀ ਲਿਖਾਉਣਾ ਲਿਖੋ ਐਮ ਜੇ ਰਾਣਾ ਐਮ ਜੇ ਰਾਣਾ ਵਲਦ ਵਲਦ ਅਹਲੇ ਰਾਣਾ ਦਿਲਦਾਰ ਵਲਦ ਰਾਣਾ ਦਿਲਦਾਰ ਇਹ ਦਿਲਦਾਰ ਕੀ ਹੁੰਦਾ ਜਨਾਬ ਦਿਲਦਾਰ ਦਾ ਨਹੀਂ ਪਤਾ ਨਹੀਂ ਜਨਾਬ ਦਾਲ ਪਾਓ ਦਾਲ ਪਾਤੀ ਹੈ ਜਨਾਬ ਥੋੜੀ ਜੀ ਹੋਰ ਪਾਓ ਦੋ ਬੰਦੇ ਆ ਇੰਨੀ ਨਾ ਪਾਓ ਸਰ ਦਾਲ ਦੇ ਨਾਲ ਦਿਲਦਾਰ ਰਾਣਾ ਦਿਲਦਾਰ ਜੋ ਸਰ ਹੋਟਲ ਦੀਆਂ ਜਿੰਨੀਆਂ ਚਾਬੀਆਂ ਨੇ ਕੱਢ ਕੇ ਇੱਥੇ ਰੱਖ ਦਿਓ ਕਿਉਂਕਿ ਪ੍ਰੋਡਿਊਸਰ ਮੇਰੀ ਨਾਲ ਆਈ ਹੈ ਮੇਰੇ ਅੱਛਾ ਅੱਛਾ ਸਰ ਹਾਂ ਮੈਂ ਉਹਨੂੰ ਵਿਜ਼ਿਟ ਕਰਾਣਾ ਸਰ ਤੁਸੀਂ ਆਪਣੇ ਵਿਜ਼ਿਟ ਕਰਾ ਦੇ ਲੇਕਿਨ ਥੋੜੀ ਜਿਹੀ ਪੇਮੈਂਟ ਸਾਨੂੰ ਦੇ ਦਿਓ ਤਾਂ ਕਿ ਅਸੀਂ ਨਾ ਲੈ ਲਈਏ ਸਰ ਮੇਰੀ ਪ੍ਰੋਡਿਊਸਰ ਆ ਰਹੀ ਹੈ ਪੇਮੈਂਟਾਂ ਸਾਰੀਆਂ ਤੁਹਾਡੇ ਕੋਲ ਹੀ ਨੇ ਕੀ ਹੋ ਗਿਆ ਤੁਹਾਨੂੰ ਸ਼ਾਦੀ ਹੋਈ ਮੋਹਤਰਮਾ ਤੁਹਾਡੀ ਜੀ ਬਿਲਕੁਲ ਨਹੀਂ ਤੇਰੀ ਸ਼ਕਲ ਤੋਂ ਤਾਂ ਲੱਗਦਾ ਕੋਈ 50 ਕੁ ਖਾਵਣ ਡਿਲੀਟ ਕਰ ਬੈਠੀ ਹੈ ਜਿਹੜੇ ਧੀਆਂ ਭੈਣਾਂ ਵਾਲੇ ਹੁੰਦੇ ਨੇ ਉਹਨਾਂ ਨੂੰ ਲੋਕੀ 70 ਕਹਿੰਦੇ ਆ ਇਹ ਅੰਨੀ ਮਾਰ ਦੇ ਆ ਬੱਚਿਆ ਮੈਂ ਉਹ ਲਕੀਰ ਵਾਲਾ ਕੰਜਰਾ ਤੈਨੂੰ ਸਮਝ ਨਹੀਂ ਆ ਰਹੀ ਸਰ ਜਦੋਂ ਤੁਸੀਂ ਮੈਨੂੰ ਕੰਜਰ ਕਹੋਗੇ ਅੰਨੀ ਮਾਰ ਦਾ ਕਹੋਗੇ ਫਿਰ ਤੁਸੀਂ ਤੇ ਕੱਟ ਸਰ ਸੌਰੀ ਸਰ ਨਹੀਂ ਨਹੀਂ ਤੁਸੀਂ ਕੱਟ ਸਰ ਕੱਟ ਸਰ ਤੁਸੀਂ ਹੋਟਲ ਦਾ ਕਮਰੇ ਕਿਰਾਇਆ ਵੀ ਘੱਟੋ ਘੱਟ ਹੋ ਜਾਏਗਾ ਕਿੰਨਾ ਕਿਰਾਇਆ ਇੱਕ ਕਮਰੇ ਦਾ ਇਹ ਸਰ ਇੱਕ ਸਵੀਟ ਰੂਮ ਦਾ ਲਾ ਕੇ 10000 ਰੁਪਿਆ ਹਾਂਜੀ ਤੇ ਨਵੀਟ ਰੂਮ ਹੈ ਉਹਦਾ ਜੀ 8000 ਰੁਪਿਆ ਸਰ ਮੈਨੂੰ ਸਾਰੇ ਸਵੀਟ ਰੂਮ ਜਿੰਨੇ ਵੀ ਨੇ ਸਾਰੇ ਬੁੱਕ ਕਰ ਦਿਓ ਹੋਟਲ ਮੈਨੂੰ ਤੁਹਾਡਾ ਪਸੰਦ ਆ ਗਿਆ ਮੇਰੀ ਪ੍ਰੋਡਿਊਸਰ ਨੇ ਆ ਕੇ ਫਾਈਨਲ ਕਰਨਾ ਹੈ ਸਰ ਪ੍ਰੋਡਿਊਸਰ ਆਪ ਨੂੰ ਬੁਲਾਓ ਯਾਰ ਇਹ ਮੋਤਰਮਾ ਕਿੰਨੇ ਬੱਚੇ ਨੇ ਬੱਚੇ ਕਿੱਥੋਂ ਜਾਨੂ ਤੁਸੀਂ ਵੇਖ ਲਾ ਲਈਏ ਸਮਾਰਟ ਕਿਵੇਂ ਹੋ ਗਏ ਜੀ ਜਾਨੂ ਤੁਸੀਂ ਖਾ ਲੈ ਜੀ ਪੁਰਬਾਸ਼ ਮੇਰੇ ਮੁਰਸ਼ਿਦਾ ਮੈਨੂੰ ਵੱਡਾ ਦੋਸਤ ਬਣਾ ਕੀਤਾ ਹੈ ਨਾ ਜਾਨੂ ਇਹ ਹੋ ਜੇ ਗੱਲਾਂ ਕਰਨ ਲੱਗ ਪਏ ਜੇ ਇਹ ਕੌਣ ਹੈ ਕੌਣ ਹੈ ਧੀ ਮਰਵਾ ਕੇ ਜਵਾਈ ਨਾ ਫਸਣ ਵਾਲੀ ਇਹ ਲੱਗਦਾ ਨਹੀਂ ਸਿਰ 'ਚ ਸੱਟ ਲੱਗਦੀ ਹੈ ਇਹ ਕੌਣ ਹੈ ਭਾਈ ਇਹ ਮਾਈ ਦੀ ਦੁਨੀਆ ਤੇ ਮਰਦ ਮਾਰ ਮਹਿਮ ਤੇ ਆਈ ਹੈ ਹਾਂਜੀ ਹਾਲਾ ਜੀ ਜਾਓ ਤੁਹਾਡੀ ਮਿਹਰਬਾਨੀ ਹੈ ਮੇਰੀ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਵੇ ਕਿੱਥੇ ਗੱਲ ਇੱਕ ਮਿੰਟ ਅੰਦਰ ਅੰਦਰ ਕੀ ਖਾਣਾ ਹਾਂਜੀ ਸਰ ਅੰਦਰ ਚਲੋ ਨਾ ਜਾਈ ਨਾ ਜਾਈ ਮਾਈ ਬੰਦੇ ਰਗੜਨ ਨਹੀਂ ਹੈ ਕੀ ਹੋ ਗਿਆ ਤੁਹਾਨੂੰ ਗੱਲ ਤਾਂ ਪੂਰੀ ਸੁਣ ਲਓ ਹਾਲਾ ਜੀ ਮੈਂ ਜੱਟ ਜ਼ਿਮੀਂਦਾਰ ਬੰਦਾ ਵਾਂ ਮੈਨੂੰ ਪਤਾ ਹੈ ਕਿਹੜੀ ਖਾਤੀ ਬੋਰੀ ਬੰਦੇ ਤੇ ਕਿਹੜੀ ਪਾਟੀ ਹੈ ਤੁਹਾਡੀ ਮਿਹਰਬਾਨੀ ਹਾਂਜੀ ਕੰਮ ਗੱਲਾਂ ਕਰਨੀਆਂ ਨੇ ਖਸੂ ਇਹਨੂੰ ਪਰਾ ਕਰ ਲਓ ਇਹਨੇ ਪੁੱਠਾ ਸਾਹ ਖਿੱਚਿਆ ਤੇ ਐਮ ਜੇ ਰਾਣਾ ਗਾਇਬ ਹੋ ਜਾਣਾ ਜੇ ਇਹਨੂੰ ਪਰਾ ਕਰ ਲਓ ਤੁਹਾਡੀ ਮਿਹਰਬਾਨੀ ਹੈ ਇਹ ਨਹੀਂ ਜਾਂਦਾ ਤੁਸੀਂ ਦੇਗਾ ਸਾਡੇ ਹਾਂ ਤੇ ਮੈਂ ਤੁਹਾਡੇ ਅਚਾਰ ਵਾਲਾ ਤੇਲ ਲਾ ਰਹਿਣਾ ਹਾਂ ਤੇ ਕਿੱਕੋ ਕਰਦੇ ਬਿਨਾ ਕੰਮ ਕਰੋ ਤੁਸੀਂ ਵੀ ਹੋਈ ਆਇਆ ਸਾਜੀ ਆ ਜੋ ਹਿਲਾ ਚਲੋ ਆਪਣੇ ਕੰਮ ਚਲੋ ਜਾਨੂ ਖਾਲਾ ਜੀ ਜਾਓ ਤੁਹਾਡੀ ਮਿਹਰਬਾਨੀ ਹੈ ਜਾਓ 2 ਮਿੰਟ ਖਸੋ ਓ ਯਾਰ ਜਾ ਓ ਤੇਰੇ ਕੋ ਸਾਰੀਆਂ ਡੇਟ ਐਕਸਪਾਇਰ ਔਰਤਾਂ ਹੀ ਨੇ ਆ ਇਹਨੂੰ ਪਰਾ ਕਰ ਲੈ ਇਹਨੂੰ ਓ ਜਾਓ ਖਾਲਾ ਜੀ ਤੁਹਾਡੀ ਮਿਹਰਬਾਨੀ ਹੈ ਜਾਓ ਐ ਜਲਦੀ ਆ ਜਾ ਮਾਂ ਮਰ ਗਈ ਭੋ ਦੇ ਪਾਲੇ ਨਾਲ ਤੇ ਧੀ ਦੇ ਸ਼ੋਕ ਵੇਖ ਲਓ ਚੁੰਮਾ ਦੇ ਦੇ ਜਾਨੂ ਓ ਜਾ ਪਰਾ ਚੁੰਮਾ ਦੇ ਦੇ ਤੇਰੀ ਭੈਣ ਨੂੰ ਪਤਾ ਨਹੀਂ ਕਿਸ ਦਿਨ ਦਾ ਗੁਰਸ਼ ਕੀਤਾ ਹੈ ਤੂੰ ਹਾਂਜੀ ਇਹ ਆ ਅੰਦਰ ਆ ਜਰਾ ਘਰ ਚਾ ਜੀ ਖਸੂਸ ਕਰ ਲੈ ਇਹਨੂੰ ਆਪ ਤੋਂ ਹੋਣੀ ਨਾਲ ਮਾਨ ਵੀ ਲਿਆਉਂਦੀ ਹੈ ਖਾਲਾ ਜੀ ਜਾਓ ਖਾਲਾ ਜੀ ਜਾਓ ਤੁਹਾਡੀ ਮਿਹਰਬਾਨੀ ਜਾਓ ਜਾਓ ਇਹ ਖਾਲਾ ਜੀ ਨੂੰ ਉੱਥੋਂ ਕਿਲੋ ਕੁ ਖੀਰੇ ਲੈ ਕੇ ਦਿਓ ਮੇਰੀ ਪ੍ਰੋਡਿਊਸਰ ਆ ਰਹੀ ਹੈ ਸਲਾਦ ਬਣਾਵੇ ਉਹਦੇ ਵਾਸਤੇ ਸਰ 2 ਕਿਲੋ ਖੀਰੇ ਦੀ ਚੱਗ ਕੱਢੀ ਕਰ ਚੁੱਕੀ ਹੈ ਇਹ ਕੌਣ ਹੈ ਕੌਣ ਹੈ ਜਿਹੜੀਆਂ ਔਰਤਾਂ ਥਾਂ ਥਾਂ ਤੇ ਚੱਗ ਕੱਢਦੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਲੋਕੀ 70 ਕਹਿੰਦੇ ਨੇ ਸਰ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਮੇਰੀ ਪ੍ਰੋਡਿਊਸਰ ਆ ਗਈ ਅਸਲਾਮੁਅਲੈਕੁਮ ਵਾਲੇਕੁਮ ਅਸਲਾਮ ਜੀ ਪ੍ਰੋਡਿਊਸਰ ਸਾਹਿਬਾ ਜੀ ਡਾਇਰੈਕਟਰ ਸਾਹਿਬ ਕੀ ਕੀ ਹੈ ਆਪਨੇ ਵੀ ਤਾਂ ਹੋਟਲ ਬੁੱਕ ਕਰਾਇਆ ਹੋਟਲ ਬੁੱਕ ਕਰਾਇਆ ਮੈਂ ਹੋਟਲ ਬੁੱਕ ਹੋ ਗਿਆ ਹਾਂਜੀ ਹੋਟਲ ਚ ਸਵੀਟ ਰੂਮ ਬੁੱਕ ਕਰਾ ਲਿਆ ਤੁਸੀਂ ਆ ਗਏ ਹੋਣਾ ਜੀ ਮੈਂ ਆ ਗਈ ਤੇ ਹੁਣ ਅੱਗੋਂ ਮਜ਼ੇ ਆ ਜਾਣੇ ਨੇ ਮਜ਼ੇ ਕੀ ਮਤਲਬ ਯਾਨੀ ਕਿ ਅੱਗੋਂ ਕੰਮ ਸ਼ੁਰੂ ਹੋ ਜਾਣਾ ਇਹ ਮੇਰੀ ਪ੍ਰੋਡਿਊਸਰ ਹੈ ਕਾਕਾ ਪ੍ਰੋਡਿਊਸਰ ਹੈ ਇਹ ਤੁਹਾਡੀ ਪ੍ਰੋਡਿਊਸਰ ਹੈ ਫਿਲਮ ਦੇ ਉੱਤੇ ਪੈਸਾ ਇਹ ਲਾ ਰਹੀ ਹੈ ਅਸਲਾਮ ਅਲੈਕਮ ਵਾਲੇਕਮ ਅਸਲਾਮ ਹੋਰ ਸਹਿ ਕਿਵੇਂ ਆਪ ਜੀ ਮੈਂ ਹੋਰ ਸਭ ਖੈਰੀਅਤ ਇਹ ਪ੍ਰੋਡਿਊਸਰ ਹੈ ਕਾਕਾ ਪ੍ਰੋਡਿਊਸਰ ਹੈ ਕੋਈ ਤੇਰੀ ਮਿਹਰਬਾਨੀ ਕੋਈ ਕਾਸਾ ਨਹੀਂ ਹੈਗੀ ਸਰ ਮੈਂ ਇਹ ਪ੍ਰੋਡਿਊਸਰ ਹੈ ਦੇਖੋ ਜੀ ਸਾਡਾ ਕੰਮ ਹੈ ਅੱਜ ਅਸੀਂ ਇਹਨਾਂ ਨੂੰ ਇੱਜ਼ਤ ਦੇਵਾਂਗੇ ਕੱਲ ਮੈਨੂੰ ਇਹ ਇੱਜ਼ਤ ਦੇਣੀ ਨਹੀਂ ਇਹ ਤਾਂ ਸਹੀ ਹੈ ਇੱਕ ਦੂਸਰੇ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਇੱਜ਼ਤ ਅਮਾਨ ਨਾਲ ਇੱਜ਼ਤ ਦਿਓ ਮੈਂ ਤੁਹਾਨੂੰ ਰਿਸਪੈਕਟ ਦੇ ਰਿਹਾ ਰਿਸਪੈਕਟ ਦੇ ਰਿਹਾ ਜੀ ਓਕੇ ਓਕੇ ਤੁਸੀਂ ਇਹਨੂੰ ਇੱਜ਼ਤ ਦਿਓ ਇਹ ਤੁਹਾਨੂੰ ਦਵੇ ਜੀ ਬਿਲਕੁਲ ਅਮਾਨ ਨਾਲ ਤੁਹਾਡੇ اخلاق ਤੋਂ ਲੱਗਦਾ ਹੈ ਕਿ ਕੋਈ ਐਸਾ ਦਿਨ ਨਹੀਂ ਹੋਣਾ ਜਿਸ ਦਿਨ ਤੁਸੀਂ ਕਿਸੇ ਨੂੰ ਇੱਜ਼ਤ ਨਾ ਦਿੱਤੀ ਹੋਵੇ ਬੜੀ ਅੱਛੀ ਗੱਲ ਹੈ ਯਾਨੀ ਕਿ ਰਿਸਪੈਕਟ ਦੇਣੀ ਚਾਹੀਦੀ ਹੈ ਇੱਜ਼ਤ ਦੇਣੀ ਚਾਹੀਦੀ ਹੈ ਬਿਲਕੁਲ ਜ਼ਾਹਿਰ ਹੈ ਅੱਛਾ ਬਾਤ ਸੁਣੇ ਕਿੰਨੇ ਰੂਮ ਕਰਵਾਏ ਮੇਰੇ ਡਾਇਰੈਕਟਰ ਸਾਹਿਬ ਆਪ ਦੇ ਟੋਟਲ ਰੂਮ ਅਗੇ 404 ਰੂਮ ਹੈ ਟੋਟਲ ਆਪ ਕੇ ਲਈ ਬੁੱਕ ਹੋ ਗਏ ਹੋ ਟੋਟਲ ਬੁੱਕ ਹੈ ਨਾ ਪਹਿਲਾਂ ਮੈਨੂੰ 440 ਕਿਹਾ ਵਿੱਚੋਂ ਵੇ ਤੇ ਸਹੀ 34 ਘਟਾਈ ਛੜੇ ਸਾਰੇ ਨਹੀਂ ਉਹ 34 ਲੈਦਾ ਲੈ ਲੈਦਾ ਲੈ ਲੈਦਾ ਲੈ ਲੈਦਾ ਅਲੱਗ ਨੇ ਅੱਛਾ ਹਾਂਜੀ ਅਲੱਗ ਅੱਛਾ ਅਲੱਗ ਸੇ ਵੀ ਹੈ ਕਿਤੇ ਓਕੇ ਕਿਤੇ ਕੱਲਿਆਂ ਵੀ ਤੇ ਰਹਿਣਾ ਪੈਂਦਾ ਹੈ ਪ੍ਰੋਡਿਊਸਰ ਸਾਹਿਬ ਸਮਝਿਆ ਕਰੋ ਤੁਸੀਂ ਕੀ ਮਤਲਬ ਉਹ ਇਹ ਸਾਫ਼ ਕਮਰੇ ਰਹਿੰਦੇ ਨੇ ਗੰਦੇ ਕੰਮ ਵਾਲੇ ਰਹਿੰਦੇ ਨੇ
कर लो सीधी कर लो अगलिया का सिर लै चले सो कोई गल नहीं कोई गल नहीं कोई गल नहीं गुजर आ गया गुजर ने बंदे मार दिए गुजर ने फलाह करता गुजर ने फलाह कर दिया इस तो अलावा कोई स्टोरी है सर मेरी कोई आम फिल्म हैगी है अच्छा जी मैं बड़ी बड़ी फिल्म बनाई है टाइटैनिक फिल्म किने बनाई है वेरी गुड टाइटैनिक किने बनाई है किने बनाई है किने बनाई है ए ही ते पूछ रहे हैं किने बनाई है मेरे मत्थे ओ बंदा लाओ देखो ते सही जिन्ने सारा जहाज ही पानी च डबोता हालांकि मसला पानी का ही हुंदा है लेकिन लोड नहीं सी कि पूरा जहाज ही डबो दे बंदा अच्छा जी तुसी कितने पैसे लाना चाहते हो फिल्म दे उत्ते ए सारे पैसे फिल्म ते ला रही है मैं कहती हूं मैं बहुत ज्यादा पैसा लगाऊंगी लेकिन फिल्म मेरी सुपर हिट होनी चाहिए डायरेक्टर साहब होएगी 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 बस मैं कहना तेरे च तेरे प्यो वाली कोई गल नहीं खोते की बच्ची भी पा लेने हो हां जी अब्बा जी मैं इहदे नाल लव करनी आ
मेरी जान ओदे गम च मर गया, ओदे गम च मर गया, एदे गम च लव करना तू ओदे गम च मर गया। दी कसम मैं लव करदा ही नहीं, नहीं मेरे बच्चियां दी कसम मैं अपने बच्चियां दा लव करदा वा, अल्लाह पाक दी कसम मैं अपनी मां दा लव करदा वा, प्यारे पाकिस्तान दा लव करदा वा। जो छान दा माल मेरे वास्ते रह गए ओ मेरी जान, आ लाहौर दे लोग हर किसी नाल लव करदे ने। वेरी गुड। आ मां नाले अपने पाकिस्तान नाल लव करदे ने। अच्छा जी, ए लाहौरिए ते भूडी बड़ी करदे ने, तैनू की पता, तू ते घर ही नहीं हुंदा। मैं तैनू पता होवे ते फेर ही है मेरी जान, की हो गया तैनू? देख फिल्म साडी हिट हो गई है, फिल्म हिट हो गई है, पहले दिन ही साडा पहला शो चलिया। वेरी गुड। सिनेमे दे विच अग लग गई है ते मर तू गया। टाइटल शुरू होया, तू धोती कुर्ता पा के भजया जा रहे है, अमान नाल ऐ करके तू खाला टपया, धोती उड़ी है ते विचो नंबर चले ने जुल्म दा बदला। कैसी फिल्म है, कैसी फिल्म है? अच्छा मेरी धोती उड़ी है। हाँ जी, थलो मैं कुछ पाया कर नहीं है? तू थलो सलंसर पाया मेरी जान। प्रोड्यूसर साहबा तुसी इंज करो, जरा कमरे अंदर जाके विजिट कर लो। ओके ठीक है, मैं अंदर जाके विजिट कर रही हूं। मेरी फिल्म का हीरो है, इनू
गंदा मराठी फिल्म है मेरी, मराठी फिल्म है अमान भाई, मेरी फिल्म का हीरो है। तुसी मैनू अपनी फिल्म दे रिव्यू ले लो, मैनू नहीं पता बाप। आ दे आ दे अपनी फिल्म दे, आ दे कट के, आ दे कट के। आ कड़ी तेरी मां दी 70 है, कट के आन दे। इधर आ जाओ, इधर आ जाओ मास्टर मां, कोई पता नहीं रोड ते केड़ा बंपर छेल जाए। तुसी इधर ही रहना। मैं की गल कर। है वसी, है वसी। बबो बबो तशरीफ रखो। बबो अल्लाह खैर करे ओ तुम्हारी बहन नु, तुम्हारी नु है। ओ 70 थोड़ा जिहा करो सर, सर थोड़ा जिहा करो जी सर। इधर आओ जरा, मेनू फ्रेम बना दे जी सर। एक मिनट खलो ही जरा, थोड़ा जिहा पिछे हो, बहुत अच्छे नहीं। एक मिनट खलो ही जरा, आउनु मुकारो नहीं 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 नहीं, थोड़ा जिहा इत्थे हो, इत्थे खड़ा हो। ए नहीं 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 नहीं, मेरी जान तू उत्थे बाहर ही बह, बाहर ही बह। कोई बंदा अच्छा मशवरा दे दे। ਤੁਹਾਡੇ ਲਈ ਕਰੀਮ ਰੋਲ ਹੈ ਤੇ ਖਾਲੀ ਰੋਲ ਹੀ ਹੈ, ਕਰੀਮ ਸਾਰੀ ਇਹ ਖਾਏਗਾ। ਮੈਨੂੰ ਕੋਈ ਰੋਲ ਸਮਝਾਓ ਜਿਹੜਾ ਮੈਂ ਫਿਲਮ ਵਿੱਚ ਕਰਾਂ। ਤੁਸੀਂ ਕਰੋਗੇ, ਤੁਸੀਂ ਕਰੋਗੇ, ਮੈਂ ਕਰਾਉਣਾ ਤੁਹਾਨੂੰ ਫਿਲਮ। ਡਾਇਲੋਗ ਸਮਝਾਓ, ਕੋਈ ਬੋਲ ਸ਼ੋਲ, ਮੈਂ ਸਮਝਿਆ ਕਿ ਤਾਂ ਮਰ ਗਈ ਹੈ ਤੂੰ। ਕੋਈ ਬੋਲ, ਕੋਈ ਬੋਲ। ਵਿੱਚ ਬੋਲੀ ਜਾਵਾਂ। ਹਾਂਜੀ ਵਿੱਚ ਬੋਲੀ ਜਾਵਾਂ। ਵਿੱਚ ਕਦੋਂ ਬੋਲਿਆ ਜਾਂਦਾ ਇਹਨਾਂ ਨੂੰ ਪਤਾ ਹੀ ਨਹੀਂ ਕਿ ਵਿੱਚ ਕਦੋਂ ਬੋਲਿਆ ਜਾਂਦਾ। ਲਓ ਵੀ ਫਿਲਮ ਦਾ ਡਾਇਲੋਗ ਹੈ, ਮੈਂ ਫਿਲਮ ਦੀ ਹੀਰੋਇਨ ਹੈ ਤੇ ਤੂੰ ਇਹਦਾ ਭਰਾ ਹੈ। लेकिन इस कुड़ी दे तुसी पाई हो। नहीं मैं पाई कदा यार, विचो रहण दे यार। मेरी जान फिल्म च काम नहीं करना। ते कदी भैन तेनू पाउनी पैनी है। दरअसल गल इज्जत लुटी गई है, तुसी इहनू आके कहना वीरा चाकू मेरी इज्जत लुट के ले वीरा, तू मेनू बचा क्यों नहीं आया, क्यों नहीं आया, क्यों नहीं आया। ठीक है मोहतरमा, ओके स्टार्ट साउंड एक्शन। वीरा एक ही है मोहतरमा, एक ही है। की करा फिर, प्यार ना जमा, इज्जत लुटी गई है। बारह डाकू सन, अच्छा नाल 12 घोड़े भी सन, इज्जत लुटी गई है। तू तो इंज चली है वीरा, मैं बड़ा मजा आया वीरा। डायरेक्टर साहब वो भरा कट करके यार, तू मेरे बस घोड़ा बना दे। इत खलो घोड़ा बना दे, घोड़े के खोर का मूह है तेरा, घोड़ा बना दे। तुहाडी मोहतरमा इज्जत लुटी गई है, खलो जा, खलो जा, एक मिनट खलो जा। हूँ इज्जत लुटी गई है, इज्जत लुटी गई है। ਤੁਸੀਂ ਇਹਨੂੰ ਜਾ ਕੇ ਕਹਿਣਾ ਵੀਰਾ ਡਾਕੂ ਮੇਰੀ ਇੱਜ਼ਤ ਲੁੱਟ ਕੇ ਚਲੇ ਗਏ, ਤੂੰ ਮੈਨੂੰ ਬਚਾਉਣ ਕਿਉਂ ਨਹੀਂ ਆਇਆ, ਕਿਉਂ ਨਹੀਂ ਆਇਆ, ਕਿਉਂ ਨਹੀਂ ਆਇਆ। ਐਕਸ਼ਨ ਵੀਰਾ। ਮੋਹਤਰਮਾ ਇਹ ਕੀ ਸਕੂਲੋਂ ਬੱਚੇ ਲੈਣ ਚੱਲੀ ਆ ਵੀਰਾ, ਮੇਰੇ ਬੱਚੇ ਨਹੀਂ ਪਹੁੰਚੇ, ਕਿੱਥੇ ਆ, ਇਹ ਕੀ ਹੈ, ਮੇਰੇ ਕੋਲ ਤਾਂ ਨਹੀਂ। ਇੱਧਰ ਆਓ, 12 ਡਾਕੂ ਨੇ, 12 ਘੋੜੇ ਨੇ, ਚੜ ਕੇ ਹਾਲ ਹੈ, ਤੂੰ ਮੈਨੂੰ ਕਿੱਦਾਂ ਡਰਾ। ਇਹਦਾ ਮਤਲਬ ਫੀਤੀ ਫੀਤੀ ਹੋ ਗਈ ਹੈ, ਮਤ ਮਚੀ ਪਈ ਹੈ, ਪਹਿਲੋਂ ਤੇ ਤੁਰਿਆ ਹੀ ਨਹੀਂ ਜਾ ਰਿਹਾ, ਪਹਿਲੋਂ ਐ ਬੜੀ ਕੀ ਹੋਇਆ, ਕੀ ਹੋਇਆ। ਉਹ ਕਹਿ ਰਹੇ ਨੇ ਬਸ ਕਰ ਦਿਓ। ਅੱਛਾ ਬਸ ਕਰ ਦਿਓ, ਬਸ ਕਰ ਦਿਓ, ਬਸ ਕਰ ਦਿਓ। ਤੁਸੀਂ ਰੋਲ ਤੇ ਦੇਣਾ ਹੀ ਨਹੀਂ। ਹਾਂਜੀ ਕਿਹਾ ਤੁਸੀਂ ਮੇਰੇ ਨਾਲ ਆਓ, ਤੁਹਾਨੂੰ ਮੈਂ ਅੰਦਰ ਬੈਠ ਕੇ ਚੈੱਕ ਕਰਾਉਣਾ ਕਿ ਕੀ ਕਰਨਾ। ਚਲੋ ਮੈਂ ਨਹੀਂ ਆਈ, ਨਹੀਂ ਮੈਂ ਬਾਬਾ ਤੱਕ ਨਹੀਂ ਆਈ, ਹਣੀ ਬਲੀ ਰੋਗਾ ਤੋਂ ਰਹੀ। ਥੈਂਕ ਯੂ, ਇਧਰ ਆ ਰਹੇ ਮੇਰੇ ਪਾਸ ਜੀ। ਆਪ ਆਏ, ਆਪ ਕੀ ਲੱਗਣ ਕੀ ਲਾਤ ਹੈ, तुम्हें पता है मैं कौन हूँ? कौन है आप? माली को बदतमीज। ओ सॉरी सॉरी, मैम साहब मैंने पहचाना नहीं, असल में मैंने मैंने क्या हेलमेट पहना हुआ, पहचाना नहीं तुमने, हद हो गई है भाई। ओ एक्चुअली एक्चुअली क्या, ओ मेरे ना बूटी का
ग्रीन 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 ड्रिंक पी ली थी मैंने। यार जॉब पे खड़े हो और आप ऐसी हरकतें कर रहे हो, आप पे जेब देती है। नहीं सॉरी सॉरी मैडम सॉरी सॉरी। क्या हिसाब किताब है बताओ मुझे। हिसाब किताब क्या जी है, अंदर एक माई आई है जी, आग लगी पई है। मैं कह रहा मसल एक सिर्फ एक कस्टमर आया जी। कस्टमर रख रहे हो जिनको आग लगी हुई है। ओ मैं कह रहा मसल जी, उहदा बंदा नाल सी, उहदी पहली बुड्ढी आई अपना बंदा ला गई है ते अंदर माई नूं हमें मिर्चाणा को ना दिता जी। ओ भाई उसकी आग बुझाओ ना। सर मैं बड़ा पैप दिता है, मैं कह पैप ला के ना पानी दे अंदर सारा तरंका तरंका लो। बताओ मुझे कौन कौन आया। एक्चुअली वो एक वो ट्रैक्टर आया प्लम के। ये कैसे काम कर रही है, ये काम सही नहीं कर रही। क्यों मेरा से माशाल्लाह बहुत अच्छा काम कर रही है, बहुत अच्छा बिजनेस कमाया है। आज बड़ा वेला बिजनेस आ, देखो सारे पैसे ने वटे ने आज। कोई नहीं बंदा जान देता है। क्या मतलब? कोई कस्टमर नहीं जाने दिया, सब सब टिप लेके इकट्ठी की है इसने। अच्छा चलो ठीक है, इसको मैं सिखा दूंगी ना, और लोगों को बुलाओ ना। जी मैं बुलाता हूँ। अरे वो ट्रैक्टर आया फिल्म के, एमजे राणा साहब, एमजे राणा साहब। जी साहब जी साहब। साड़ी मालिक आ रहा है, ट्रैक चला दो जनाब। कौन मालिक? अस्सलाम वालेकुम, कैसे हैं आप? वाह वाह, क्या हुआ? की फिकर है? ओ माय गॉड, अमान नाल की फिक्की तुरे। थैंक यू सो मच। की फिकर है ते मेनू तुहाडे फिकर दी बड़ी फिकर है। क्या मतलब? अमान नाल पिछो वेख ते सही, वेख ते सही, अमान नाल हिटो हिटो। क्या कह रहे हैं आप? सुपर हिटो। अल्लाह खैर ही करे, अमान नाल थल्लो लग के उत्तों तक शाहकार हो, और लौरिया ने ते खोता नहीं छड़िया, तुहानू कीवें छड़ दिता। मैनू समझ नहीं आई मोहतरमा, यकीन कर। सर मेरी बात तो सुने मत जी। आप बाय द वे क्या करते हैं? की अखण की खूबसूरत अखण। ओह माय गॉड, अमान नाल ते इना च हया टकेदा नहीं, इना अखा च हया टकेदा नहीं। एक गल मेरी अखा च देख। अखा यार आप मुझे एक चांस दे दे प्लीज। चांस क्यों देना है? मैं मोहतरमा तुसी एक बारी मेनू आर्डर लाओ तो मैं मशहूरी तुहाडे को इंज करा देया। क्या कह रहे हो आप? अमान नाल तुहाडे कोलो मशहूरी करावनी है। मुझे स्टार बना देंगे आप? मैं तुहानू स्टार बना देंगा, लोकी जेब ते ला के फिरनगे। ये क्या बकवास कर रहे हैं सर? हां थां ते तस्वीरां लगियां होणगियां पड़ियां। तो मिंट लगाए ना, क्या कर रहे हैं आप? मोहतरमा लारी अड्डे मेरे दोस्त दे बाथरूम बन रहे ने, तुसी ओदी कमर्शियल करनी है। क्या बकवास है ये? मोहतरमा छोटी जी कमर्शियल ते सुपर। मैं ऐसी कमर्शियल नहीं करती। पहले सुन ते लवो, कमर्शियल सुन ते लवो मेरे कोलो ना पहले। अमान नाल तुसी सिर्फ इंज बैठे होना है ते कैमरे दा है ज़ूम तुहाडे उत्ते आएगा। सॉरी टू से, ये मुझे मुझसे ना करवाए, अपनी सिस्टर से करवा ले। मैं ओदे को कराई सी, फिर ओदा हासा निकल गया। कहती मैं मशहूरी करनी नहीं मोहतरमा, ये नहीं करनी। नहीं ये नहीं करनी, कोई अच्छी सी बताए ना। कन्ने दी मशहूरी कराई है तुहाडे को? कन्ने दी सॉरी वो भी नहीं करनी मैंने। ਕੰਨੇ ਦੀ ਮਸ਼ਹੂਰੀ ਨਹੀਂ, ਬੈਰੇ ਨਹੀਂ ਕਰਨੀ ਨਾ। ਮੋਤਰਮਾ ਕੁਛ ਵੀ ਨਹੀਂ ਇਹਦੇ ਵਿੱਚ, ਤੁਸੀਂ ਸਿਰਫ ਕਮਾਦਾ ਚ ਵੜ ਕੇ ਕਹਿਣਾ ਮੋਟਾ ਤੇ ਲੰਮਾ ਬਸ਼ੀਰ ਦਾ ਕੰਨਾ। ਹਮੇਸ਼ਾ ਤੂੰ ਚਵਲ ਹੀ ਮਾਰੀ, ਜਿੱਦੋਂ ਵੀ ਮਾਰੀ। ਮੋਤਰਮਾ ਮੋਤਰਮਾ ਮੇਰਾ ਕਲਾਇੰਟ ਗੰਡੇਰੀਆਂ ਵੇਚਦਾ ਹੈ। ਓਕੇ ਅੱਛਾ ਜੀ, ਗੰਡੇਰੀਆਂ ਵੇਚਦਾ, ਯੂ نو ਗੰਡੇਰੀ ਸ਼ੂਗਰ ਕੈਨ। ਕਿੰਨੀ ਦਫਾ ਕੰਨਾ ਦੇਖਾ ਹੋਗਾ? ਬੜੀ ਦਫਾ ਦੇਖਿਆ, ਬੜੀ ਦਫਾ ਵੇਖਿਆ। ਇਹਦੀ ਲੋਕੇਸ਼ਨ ਨਜ਼ਰ ਆ ਰਹਾ ਹੈ, ਲੋਕੇਸ਼ਨ ਚੇਂਜ ਕਰ ਲੈਨੇ ਆ। ਹਮੇ ਨਜ਼ਰ ਆ ਰਹਾ ਹੈ, ਇਹਦੀ ਲੋਕੇਸ਼ਨ ਚੇਂਜ ਕਰ ਲੈਨੇ। ਓਕੇ ਠੀਕ ਹੈ। ਵੇਖੋ ਤੁਸੀਂ 5 ਸਟਾਰ ਹੋਟਲ ਦੇ ਵਿੱਚ ਹੋ। ਓਕੇ ਅਮਾਨ ਨਾ ਸ਼ਾਰਟ ਕੱਪੜੇ ਪਾ ਕੇ ਤੁਸੀਂ ਸਵਿਮਿੰਗ ਪੂਲ ਦੇ ਵਿੱਚ ਤਾਰੀ ਤਰ ਰਹੇ ਹੋ। ਕੌਣ ਸੀ ਫਿਲਮੇ ਆ ਬਣਾਤੇ ਹੈ ਗੰਦੀਆਂ? ਮੈਂ ਯਾ ਜੀ ਜੀ ਬੰਦੇ ਮਾਰਦੇ ਨੇ ਉਹ ਬਣਾਉਂਦਾ ਹੈ। ਮੈਂ ਬੜੀ ਬੜੀ ਫਿਲਮ ਬਣਾਈ ਹੈ, ਆ ਫਰਦੌਸ ਆਸ਼ਿਕਵਾਨ ਨੇ ਜਿਹੜੀ ਚੰਡ ਨਹੀਂ ਮਾਰੀ ਉਹ ਫਿਲਮ ਵੀ ਮੈਂ ਹੀ ਬਣਾਈ ਸੀ। ਅੱਛਾ ਦੱਸੇ ਸੀ ਮੋਹਤਰਮਾ, ਮੈਂ ਬੜੀ ਬੜੀ ਫਿਲਮ ਬਣਾਈ ਹੈ। ਓਕੇ ਯਕੀਨ ਕਰੋ ਕਿ ਤੁਸੀਂ ਐ ਤਾਰੀ ਤਰ ਰਹੇ ਹੋ। हां जी, ते ए कैमरे दा ज़ूम खुले ते सामने तुम्हारे कुत्ता आ गया। सर मैं इस फिल्म च नहीं है। ए तू परा हो जा, बनाना तो बना, सिर्फ डड्डू बनाओ। तू परा हो जा, एडी वड्डी स्टार है, मुस्तकबिल दी स्टार। हां जी मोहतरमा, तुम्हारी एजुकेशन ए की है? ए की है? ए स्टाइल है ना, ए केड़ा स्टाइल है? अमान नाल ए ते इंज है के भी पीछे झाड़ू बने है, तुसी सारी सफाई है करी जा रहे हो, ये कोई स्टाइल नहीं। तुहानू मेरे वास्ते मोहतरमा एंटीक्स ड्रेसिंग करनी पड़ेगी। लैवश 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 वाली। मोहतरमा टाइटैनिक फिल्म देखी है तुसी? हां देखी है मैंने। ओ हीरवन नु जानते हो तुसी? हां। तुसी ड्रेसिंग ओ करनी है जिदे विच उन्ने ओ तस्वीर नहीं बनवाई। ओ ड्रेसिंग चाहिदी है तुहाडी मेनू वाइट लबास। ओके भाईजान वैसी बनेगी, क्यों टेंशन ले? फिल्म हिट होनी चाहिए, फिल्म सुपर हिट होगी, तुम स्टार बनोगे। फिल्म गाना गुना भी है क्या? देखो मेरा म्यूजिक
डायरेक्टर जदों आएगा उदों मैं समझ जावांगा किधर जा रहे हो, किधर जा रहे हो, किधर ये किधर गई और पता नहीं बाहर लगता कोई मेहमान आए ने उहदे नाल चली गई, ये किधर चली गई और साडे होटल दे मालक ने ए तुहाडे होटल दी मालक है। दरअसल गल इवें कि मैनू म्यूजिक डायरेक्टर चाहिए फिल्म वास्ते। अच्छा जी तेनू म्यूजिक आंदा? ला मैनू बड़े गाने आंदे ने जनाब। ओए इक लिबास पा के हीरवन है करके फिर रही है, चिट्टा सूट पा के पूरी लगी है, चिट्टा चोला पाया ते ओ खेतां दे विचों आ लहरा के लो तेरे ते रात दी बड़ी पई है जनाब। चिट्टा चोला सिवे दर्दी नहीं भुलेंदा डोले दी मर्जी, चिट्टा चोला सीवे दर्दी नहीं भुलेंदा डोले दी मर्जी। अपनी बुढ़ी के कपड़े पा के माल ते फिरी जाए, मैं क्या खैर है कहता अज उन्हें वाकफ लभने ने। चिट्टा चोला सीवे दर्दी नहीं भुलेंदा डोले दी मर्जी। ओ काला जाता सी सब तो बैठा पानी कोला तेरा इश्क मेरे अंदर बढ़िया, तेरा इश्क मेरे अंदर बढ़िया, ए साल ने चिरस पीती भुल के पिछे गई जावे। ओ मेरे अंदर बढ़िया, ओ मेरे अंदर बढ़िया। चिट्टा चोला यार मेरी बारी मारी गई, लाश ही हो गई है यार। सीवे दर्दी मर ली गए जिंदे ने, जिंदे ने, जिंदे ने, जिंदे ने। अस्सलाम वालेकुम मजद साहब, आई आज तुम्हारे भरा का ब्याह है भाई, छेती ना कमरा दे दियो। क्यों जी? बेटे पैसे तेरी औकात तो ज्यादा दवा। अच्छा जी जबान कट है, पैसे गिनने वाली, पैसे गिनने वाली है। फट 5,000 ਐ ਵੀ 5,000 ਹਾਂਜੀ 15,000 ਐ ਬੱਚੀ ਵੀ ਪੈਕ ਕਰ ਹਾਂਜੀ ਉਹ ਤੇ ਜਨਾਬ ਪਤਾ ਕੀ ਜਿੰਨੇ ਹਕੀਮ ਨੇ ਨਾ ਉਹਨਾਂ ਸਾਰਿਆਂ ਕੋ ਮੈਂ ਇੱਕ ਕੁੜੀ ਲੈ ਕੇ ਖਾ ਬੈਠਾ, ਮੈਂ ਅੱਜ ਇੱਥੇ ਨੇਰ ਪਾ ਦੇਣਾ, ਮੈਂ ਅਸੀ ਬੱਚੀ ਨਾਲ ਵਿਆਹ ਕੀਤਾ, ਤੂੰ ਬੱਚੀ ਵੇਖੇਗਾ ਤੂੰ ਆਪਣੀਆਂ ਬੱਚੀਆਂ ਭੁੱਲ ਜਾਏਗਾ ਬੇਟੇ। ਅੱਛਾ ਜੀ ਐ ਲੈ 5,000 ਇਹ ਕਰਾਂ, ਕਿਸੇ ਵੇਲੇ ਬੱਚੀ ਨਹੀਂ ਮੰਨਦੀ ਤੂੰ ਵੀ ਤੇ ਇੱਥੇ ਹੀ ਹੈ। ਜਿੰਨੀਆਂ ਮੈਂ ਪੁੜੀਆਂ ਖਾਧੀਆਂ ਨੇ ਸੂਫੀ ਇਹਨਾਂ ਨੂੰ ਮੈਂ ਛੱਡਣਾ ਨਹੀਂ, ਇਹਨਾਂ ਨੂੰ ਮੈਂ ਦੱਸਾਂ। ਸਰ ਗੱਲ ਸੁਣੋ, 1, 2, 3, 4, 5, 6, 7 35,000 ਇਹ 5,000 ਕਰਾ ਜੀ। ਉਹ ਤੂੰ ਸੂਫੀ ਕੋ ਵੀ ਜਾਣਾ? ਹਾਂ ਤਾੜੀਆਂ ਮਾਰ ਦਿਓ, ਤੇਰਾ ਖੁੱਲ ਕੇ ਅੱਲਾ ਖੈਰ ਕਰੇ। ਇੱਥੋਂ ਛੱਡੋ ਭਰਾ ਜੀ, ਖੁਸ਼ ਹੋਵੋ ਛੱਡੋ ਨਾ, ਸੱਤੇ ਕਹਿ ਰਹੇ ਚੱਲਦਾ ਵਿਆਹ ਪਾਕ ਹੁੰਦਾ, ਤੁਸੀਂ ਇਕੱਲੇ ਬੈਠੇ ਹੋ, ਖੈਰ ਹੱਥ ਕਿੱਥੇ ਦਿੱਤੇ ਤੁਸੀਂ, ਹੱਥ ਕਿੱਥੇ ਦਿੱਤੇ, ਵਿਆਹ ਮੇਰਾ ਕਿ ਤੇਰਾ? ਤੇਰੀ ਕਾਲੀ ਦਾ ਇਹ 5,000 ਇਹਦੇ ਕੋ ਵੀ ਤੂੰ ਜਾਣਾ ਹੈ। ਗੱਲ ਸੁਣੋ ਜੀ, ਹਾਂਜੀ 60,000 ਹੋ ਗਿਆ। ਅੱਛਾ 60,000 ਜੀ ਰੱਖੋ, ਉਹ ਕਹਦਾ ਮੈਨੂੰ ਅਸੀਂ 100 ਦੇ ਦਿਓ। ਇਹ ਕਲਾਫਟਰ ਲਈ ਮੈਨੂੰ ਸਾਰੇ ਚਾਹੀਦੇ ਜੀ ਰੱਖੋ। ਹਾਂ ਐ ਲਓ 100 ਸਰ। ਥੈਂਕ ਯੂ ਬੇਟੇ, ਜੋ ਕਹੋਗੇ ਸ਼ਾਦੀ ਹੈ ਮੇਰੀ ਅੱਜ। ਸਰ ਸ਼ਾਦੀ ਅੱਜ ਇੱਥੇ, ਤੈਨੂੰ ਮੈਂ ਕੀ ਦੱਸਾਂ, ਦੁੱਧ ਐਡੀ ਕਿ ਨੀਲੀ ਗੋਲੀ ਅੱਜ ਸੁਹਾਗ ਰਾਤ ਪਹਿਲੇ ਘੁੰਡ ਚੁੱਕਣਾ ਫੇਰ ਸੂਫੀ ਹੱਥ ਚੁੱਕਣੀ ਏ। ਅੱਜ ਮੈਂ ਛੱਡਣਾ ਨਹੀਂ, ਅੱਗੇ ਲੇਟ ਵਿਆਹ ਹੋਇਆ ਚਾਚਾ, ਮੈਂ ਵੀ 3 ਦਿਨ ਨਾ ਵੋਟਾਂਗਾ ਰੰਗਾਵਾਂ ਤੂੰ ਤੇਰੇ ਵਰਗਾ ਹੀ ਆ, ਅੱਜ ਮੈਂ ਛੱਡਣਾ ਨਹੀਂ ਹੂੰ। ਓਏ ਨਵਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਇੱਧਰ ਵੇਖ, ਕੈਸਾ ਫਰਾਈ ਪਾਨਰ ਦਾ ਸਿਰੇ ਲੈਟ ਪਹਿਲੇ ਉੱਥੇ ਪੈਂਦੀ ਉੱਥੋਂ ਪੈ ਗਏ ਇੱਥੇ ਪੈਂਦੀ। ਅੱਛਾ ਨੀਲੀ ਗੋਲੀ ਖਾਧੀ ਆ ਤੁਸੀਂ? ਲਓ ਜੀ ਮੈਂ ਤੁਹਾਡੀ ਭੈਣ ਨੂੰ ਬੁਲਾਉਣ ਲੱਗਾ। ਉਹ ਮੇਰੀ ਭੈਣ ਕਾਦੀ ਆ ਤੇਰਾ ਪਹਿਲਾਂ ਭਾਈ ਆ? ਮੇਰੀ ਬੀਵੀ ਤੇਰੀ ਕੀ ਲੱਗੀ? ਭਰਜਾਈ। ਭਰਜਾਈ ਕੀ ਹੁੰਦੀ ਹੈ? ਭਰਜਾਈ ਭੈਣ। ਤੇ ਫਿਰ ਉਹੀ ਬੁਲਾਉਣ ਲੱਗਾ, ਗੰਦੀਆਂ ਨਜ਼ਰਾਂ, ਗੰਦੀਆਂ ਨਜ਼ਰਾਂ, ਬੇਗੈਰਤ ਡਰਾਮੇ ਵਾਲੀ ਮਾਰੋ ਤੁਸੀਂ, ਵਨ ਫਾਈ ਵਾਲੀ ਮਾਰਨ ਦੇ। ਹੈਲੋ ਜ਼ਿੰਦਗੀ ਜਾਨੂ ਚੱਲਣਾ ਚਾਹੁੰਦਾ ਆ ਅੱਛ ਦਾਦਾ ਚੀਤਾ ਉਹ ਭਰਜਾਈ ਆਵੇ ਤੇ ਇੰਨੀ ਭੜਕਾ ਮਾਰਨੀਆਂ ਚਾਹੀਦੀਆਂ ਨੇ। ਆ ਹੁਣ ਕਹਿੰਦਾ ਸੀ ਨਾ ਕਿਸੇ ਨਾਲ ਬਹਿਆ, ਹੁਣ ਕੱਲਾ ਮੂੰਹ ਚ ਝੱਗਾ ਕੱਢੀ ਇੱਥੇ ਬੈਠਾ। ਆ ਵੇਖ ਤੇ ਸਹੀ ਬੱਚੀ ਤੇ ਨਹੀਂ जी। आज हमारी जिंदगी का आगाज होने जा रहा है। हाँ जी।
आज मैं तुम्हारे साथ हुजरे रूसी में जाऊंगा। जी। आज हमारी जिंदगी का वो सफर शुरू हो रहा है, उसमें कुछ बातें तय हो जाएं तो ज्यादा अच्छा है। ठीक है। बच्चे कितने होंगे? जितने आप हैं। मैं तेरा हाथ नहीं रखना, मेरी वाकफियत बहुत ही मल्ले छ। आप हैं? मेरा मतलब है कि सलामियां बहुत होनी है तेरे। अच्छा अच्छा अच्छा। ए मुंह दिखाई की लगोगे? मुंह दिखाई ज्यादा सारे पैसे देने ने। कितने के? कोई 10 करोड़। मुंह दिखाई दा? हां जी। तुम न मुंह ना वहां। 10 करोड़ रुपया मुंह वहां? यार ये एक बात है। तो बाकी चीजों का पता नहीं तू की मांग लवे। सिर्फ मुंह वहां यार, तेरी टिंड दे बाल को नहीं 10 करोड़ हुंदा बणदा। 10 करोड़ नहीं तो रोज ते तेरे घर आन जान वाले हैं। ओ कठा बह जा। ओ क्यों दी भैन कटी तू? ओ की कहंदा तैनू? क्यों इंज करी जानने है? उसको खुजली हो रही है। खुजली नहीं हो रही। क्या हो रहा है? तैनू देख के जो उनू हो रहा ओदा नेटवर्क बिजी हो गया। हुण चांदा माउस दी भैन कट देवे मेरी जगह। ओ YouTube खोले फाड़ के तेरी Google सर्च कर दे। ए बड़ा किसे याहू दा बच्चा ही खोल के जा रहा है। ए मेनू पता है पाकिस्तानी बंदे ने काम बने ना बने ट्राइया जारी रखो। जानू जिंदे तुसी गल्ला कर रहे हो ना? हां मार्केटिंग तुसी खूब कर लेंदे हो। जान बंदा केदा वा? चीजा बेच लोगे? ओए ओए चकली। और कोई बात तय करनी है तो कर ले। मेरी गल सुन। मेरी तन्ने सारी गल्ला तय होती गई है। तुमने अपने भरा दे बारे ही दसया सी। भरा भी आ जाएगा लेकिन पहले जेड़ा थेने वो ते जाया ना ना करिए। ओ ना ना वे भरा भी विच ही रगड़िया जाए। तन्नू पता मैं मेडिसिन बहुत खा बैठा। मैं अपने भरा ना बहुत ज्यादा प्यार करनी है। मैं तन्नू दस दे ओदी कोई गल मैं कदी नहीं मोड़ी। ते तुसे भी ओसी किसी गल दा बुरा नहीं मनाना। जो कहेगा जिंज कहेगा तुसी ओं जी करना। मैं ओं जी करूंगा लेकिन पहला दिन भरा नु विच ना पाओ। देखो मेरी गल सुन। पहले तो लेके आखरी दिन तक भरा विच ही है। नहीं विच नहीं ना। नहीं इस तरह नहीं होना। तुहाडी मेरी गल तय होई सी। पहला दिन मेरा प्यार रह किथे गया? पहला दिन मेरा जी मेनू उठे बाहर ही छड के आके उठे मेरे ने चाची ने बाजी नहीं जान। बाजी 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 जी मेनू बाजी जावा मेरी बाजी मेरी बाजी भाई तेरी भी बाजी है ਸਾਡੀ ਵੀ ਬੱਜੀ ਹਾਲ ਬੱਜੀ ਮੇਰੀ ਬੱਜੀ ਹੈ ਓਏ ਬੱਜੀ ਆ ਜੋਨੇ ਦਾ ਐ ਤੇਰੀ ਬਹਿਨੋਈ ਨੇ ਉਹ ਜਿਹੜੇ ਨਾਲ ਤੇ ਵਿਆਹ ਹੋਇਆ ਜੇ ਆ ਪਾ 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 ਓਏ ਓਏ ਤੋ ਹਟ ਹਟ ਜਲੀ ਪੈ ਉੱਥੇ ਛੰਕੇ ਜਿਹੜੇ ਉਹ ਬੀਬੀ ਹੈ ਮੇਰੀ ਅਠੀ ਨਿਖਾੜ ਹੈ ਪਹਿਲੇ ਕੰਡੇ ਕੰਮਾਂ ਦੇ ਨਹੀਂ ਲੈਣਾ ਉੱਥੇ ਛੱਡ ਉੱਥੇ ਜੇ ਬੀਬੀ ਹੈ ਮੇਰੀ ਨੋ 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 छेड़ी ना ਕੱਢੋ ਤੂੰ ਦੱਸਾ ਜੜੀ ਭੈੜੀ ਅੜੀ 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 ਅੜੀ
ਬੱਚੇ ਨੂੰ ਬੁਲਾ ਅੱਛੇ ਆਲਾ ਮੈਂ ਨਹੀਂ ਇਹਨਾਂ ਨਾਲ ਮੰਨਦੀ ਜਿਹੜੀ ਭੈਣ ਜਿਹੜੀ ਜਿਹੜੀ ਭੈਣ ਜਿਹਨੇ ਭੈਣ ਜਿਹੜੇ ਆ ਮੈਂ 10000 ਦੇਣੇ ਆ ਕੰਮ ਤਾਂ ਤੂੰ 500 ਚ ਕਰ ਦੇਣੀ ਜਿਹੜਾ ਇਹ ਨਹੀਂ ਗੱਡੀ ਇੱਥੇ ਆ ਇਹਨੂੰ ਬੁਲਾ ਮੈਂ ਨਹੀਂ ਬੁਲਾਉਂਦੀ ਥੋੜੀ ਮੈਂ ਭੈਣ ਮੈਂ ਮਾਰ ਦੇਣਾ ਨਾ ਮੇਰੇ ਪੱਪੇ ਪਾ ਦੇ ਜੇ ਮੈਂ ਓਏ ਛੱਡ ਮੇਰੇ ਪੱਪੇ ਪਾ ਦੇ ਨੇ ਢੇ ਨੇ ਤੁਸੀਂ ਕਰੋ ਲੈਣਾ ਮੈਂ ਅੰਡੇ ਨਾ ਯਾਰ ਜਿਹੜਾ ਯਾਰ
जो मर्जी जाओ हूं आया ना इन तो मैं छड़ देना ही
तेरी मैं भैन कट लानी मत लखा नहीं आ आइयो आइयो ओए यार सही तेरी मैं जान ले यार मेरी स्किन नगी आराम ना नहीं सिडना तू भी मेरे माला एक तो मामा बनने काबिल हो जाए हाथी नहीं दिया हाथी नहीं दिया कॉल आई है कोई कॉल आई है मेरी कोई कॉल आई है एक मिनट हेलो जी जी एम जे राणा साहब फोन तो गए नहीं नहीं खलोता पहुंच लक्ष्मी चौक तेरी माल दा नाके ते फड़ी गई जा भज के अच्छा भाई यार तू मैडम नु लेके आ तेरी मेहरबानी ए बंदे ने गल कर तेनु समझाता सोनिया दुध पी गए ने बच्चे शूटिंग कहां करनी है इथे ही इथे ही देखो जी हो जे तुसी खूबसूरत हीर बनो तशरीफ रखो बिलकुल पसीनो पसीनी होए सी वैसे आपस दी गल मैं खुद तो पसीनो पसीनी नु ना नाल दा हुंदा है कोई है सी मेरे साले ने मेनू इजी लिया मैं नहीं लिया साले ने मोरी कढ़ी कमरे चो कैसी मैं तो हक की बात करती हूँ बेशक वीडियो बन रही है ए तो बेचार है ओथे ही सड़का तो नाच रहे ने बेटा मुफ्त पता तेनु साडी किन्नी वैल्यू है यस असली जिंदगी च पैसा ला के एक्टिंग कीती ए मुफ्त सड़का तो रूल दे रहे ने सारा जरी है तुसी घबराओ ना हां जी ए फिल्म ते पैसा मैं लवांगा ए मेरी हीरोइन बना दियो ते हीरो जेड़ा मर्जी पा लो तेनु मेरे साले नु हीरो पा लेवो ताकि मेरी जान छुट्टी रहो फिल्म ते ध्यान लगा रहे अपनी फिल्म बना लगा बनाया फिल्म करेगा
समझ ही नहीं आएगी। की मतलब? देखो तो सही। यारणी ठीक आ खाणिया नी हाय मुझे याद आ गया छटाओ एंड 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 ये तू ही आ ओ ओ ओ ए दलेर फीस क्यों नहीं ली ओए बड़ी खाणी खाणी की है रहन देओ नहीं भाई इने ते साई खोल के फिट काटे रहे ने मुझे पता है एडा केड़ा कर को वे लाहौर च इने ते ज्यादा खोटे मकाए खा खा के बड़े गड़की ने फिल्म बना कमरे में छुटना खड़ी है तू अपने कमरे में बिजी है ना आया तेरा जा छुट्टी मार के काम में बैठ जा इनू पढ़नी है की ना कुड़िया तेरा मेनू नहीं जानदा हां ये अंदर ना ले आवे तू टेंशन है मेनू लानी है कदे सामने तेरे 100 वाकफा दा वास्ता ही अंदर ना आवे नहीं आएगा मोहतरम नहीं आएगा तेरी सवागरा ते हां जी तेरी सवागरा ते जी चिकमे ते एक अद्दा सीन सवागरा दा भी बना लिए ओ भाई भाई ये फिल्म आ के लाइव लाओ लाइव लाइव बन लगी है यार बुरी फिल्म चुपा लो किथे पाई है तेरे तू सेट लम्मा पै जा चलो लम्मा पै जा ना ए कौन है नी ए मैं नहीं जानता कोई ਤੁਹਾਡਾ ਹੀ ਲੱਗਦਾ ਅੱਛਾ ਇੱਥੇ ਤੂੰ ਹੀ ਹੋ ਜਿਹੜਾ ਹੋਟਲ ਉਹ ਦੇਖੋ ਜੀ ਤੁਸੀਂ ਮੇਰੀ ਫਿਲਮ ਦੇ ਹੀਰੋ ਹੋ ਅੱਛਾ ਜੀ ਆ ਮਾਂ ਨਾਲ ਤੁਸੀਂ ਸਾਹਮਣੇ ਆਓ ਜਰਾ ਸਾਹਮਣੇ ਆਓ ਇਹ ਕੈਮਰਾਮੈਨ ਕੌਣ ਹੈ ਕੈਮਰਾਮੈਨ ਕੌਣ ਹੈ ਤੂੰ ਬਣਾ ਕੈਮਰਾਮੈਨ ਹੋ ਜਾ ਕੈਮਰਾਮੈਨ ਅੱਛਾ ਮੈਂ ਕੈਮਰਾਮੈਨ ਕੈਮਰਾਮੈਨ ਤੂੰ ਲੈਟਮੈਨ ਹੋ ਜਾ ਉਹ ਕਹੀ ਮੈਂ ਲੱਗ ਲੈਟਮੈਨ ਕਾਕਾ ਹਾਏ 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 ਖੜਾ ਹੋ ਜਰਾ ਲੋ ਜੀ मैं तेरे सदके थोड़ा जे भराओ थोड़ा जे भराओ वाह वाह मैं खड़ा हो इत्थे आ इत्थे आ इत्थे खड़ा हो जरा कर ओ जीवे ओए ओ तू ओथे बाहर ही बैठ ए ते किथे है ओथे बाहर ही बैठ ए कैमरा जी ए कैमरा है हां सुनने तो बाद कोनी अच्छा अच्छा जी वाह ए कोनी कैमरा करता हां जी इंदिया बगला लवा सी कोई जंगल दी फिल्म नहीं बना रहे भाई सीन चढ़ा दे हुन लो भाई सीन ए हैगा के हीरवन दी इज्जत लुटी गई है ते ओ हीरो दे कोल आके इजहार कर रही है के डाकुआ ने मेरी इज्जत लुट ली है तू मेनु बचाण क्यों नहीं आया कौन नहीं आया क्यों नहीं आया एक्शन स्टार्ट साउंड कैमरा कैमरा मेरे कोल है जी हां तेरे कोल है मेनु पता है एक्शन आहा तेरी इज्जत लुटी रही है इंडो है टड़ी हैड़ी है ए आप लुटा दे आई जा जान से पड़ी हो ते मरेना अड़ी है ते केड़ी इज्जत लुटी हो गया एंड हो रे फर्ज करना फर्ज करना लेकिन वो एंड सा तो आड़ी हो ते बेटा ओके हुन मैं छुट्टी आवांगी तू नहीं बोलना दोस्त है हीरो गुंगा गुंगा है हस गुंगा है सिर्फ हस गुंगा गुंगा सिर्फ एक्सप्रेशन नाल दसना कि तैनू किन्ना दुख होया स्टार्ट साउंड एक मिनट हां जी लाइट ते जल्दी नहीं पई चलो स्टार्ट छेड़ो वैसे मेरी बेइज्जती कहीं नहीं है अंजन का टुकड़ा चौक चुंगल कैमरा मेरे को ਮੋਤਰਮਾ ਟਰਾਲੀ ਤੋਂ ਨਹੀਂ ਡਿੱਗੇ ਉਹ ਅਠੜੀ ਆ ਫਿਰ ਉਹ ਮੈਂ ਤੇ ਡੁੰਡਾ ਵਾਂ ਆਹ ਤੂੰ ਗੁੰਡਾ ਕਿਉਂ 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 ਡਾਡੂ ਨੇਕੇ ਅੱਜੇ ਆ ਨੀਓ ਕੀ ਉਹ ਸਹੀ ਤੇ ਬੋਲ ਡੀਪ ਤੇ ਮੈਂ ਬੋਲ ਜੋ ਰਿਹਾ ਵਾਂ ਅੱਛਾ ਡੁੱਡਾ ਹੈੜਾ ਜਿਹੜੀ ਭੈਣ ਨੂੰ ਡੁੱਡਾ ਹੈੜਾ ਵਾ सिर्फ जा कहना सोने मनमोने अंदर कमरे ट्रैक्टर बुला रहे आहर यह कह एक्शन स्टार्ट साउंड कैमरा सोने बनाने अंदर ट्रैक्टर की भैन नस रही है वो ट्रैक्टर तू अंदर बना रहे हैं और भैन नस रही है रही है ही कहना सी ना जी काका ही वो बंदा ही ना हाँ जी तो भैन घरों पा
ਸਾਡੀ ਚਕਾ ਰਹੇ ਆ ਸਾਡੀ ਚਕਾ ਰਹੇ ਆ ਅਸੀਂ ਘਰੋਂ ਹੀ ਭਾਈ ਅੰਡਰ ਪਈ ਹੋਈ ਹੈ ਮੈਂ ਤਾਂ ਸਹੀ ਮਾਂ ਉਹ ਜਾ ਰਹੇ ਤੁਸੀਂ ਘਰੋਂ ਭਾਈ ਨਹੀਂ ਥਾਮਾ ਮੈਂ ਨਹੀਂ ਰਿਸਕ ਲੈਣਾ ਉਹ ਯਾਰ ਉੱਥੇ ਤੂੰ ਹੀ ਰੋਣ ਯਾਰ ਯਾਰ ਇਹਨਾਂ ਨੂੰ ਲਾ ਯਾਰ ਤੂੰ ਆ ਚੱਲ ਤੂੰ ਆ ਇਹਨੂੰ ਠੀਕ ਕਰੋ ਲੋ ਬਈ ਤੂੰ ਮੇਰੀ ਫਿਲਮ ਦਾ ਹੀਰੋ ਹੈ ਓਕੇ ਤੇ ਤੁਸੀਂ ਮਹਤਰਮਾ ਹੀਰੋਨ ਹੋ ਕਰਨਾ ਕੀ ਤੁਸੀਂ ਇਹਨੂੰ ਜਾ ਕੇ ਕਹਿਣਾ ਅੱਛੂ ਮੈਂ ਤੇਰੇ ਨਾਲ ਪਿਆਰ ਕਰਨੀ ਹੈ ਅੱਛੂ ਜੀ ਜਾਮਣਾ ਮੈਨੂੰ ਤੇ ਤੂੰ ਮੇਰੇ ਨਾਲ ਪਿਆਰ ਕਰਨਾ ਕਿ ਨਹੀਂ ਇਹ ਕੀ ਹੈ ਮੰਮੀ ਲੈਟ ਮਾਰਨ ਅੱਛਾ ਤੂੰ ਵੀ ਲੈਟ ਮਾਰ ਆਓ ਜੀ ਥੋੜਾ ਜਿਹਾ ਉੱਚਾ ਜਾ ਉੱਚਾ ਜਾ ਉੱਚੀ ਕਰ ਲੈ ਤੂੰ ਵੀ ਚੁੱਕ ਤੂੰ ਤੇ ਨਾਗਣ ਬਣਿਆ ਹੈ ਕਰਕੇ ਆਓ ਜੀ ਚਲੋ ਸਟਾਰਟ ਸਾਊਂਡ ਕੈਮਰਾ ਕਹਿਣਾ ਕੀ ਹੈ ਹੈ ਜੀ ਕਹਿਣਾ ਕੀ ਹੈ ਤੁਸੀਂ ਇਹਨੂੰ ਕਹਿਣਾ ਅੱਛੂ ਮੈਂ ਤੇਰੇ ਨਾਲ ਪਿਆਰ ਕਰਨੀ ਹੈ ਅੱਛੂ ਤੂੰ ਮੇਰੇ ਨਾਲ ਪਿਆਰ ਕਰਨਾ ਕਿ ਨਹੀਂ ਅੱਛੂ ਦੱਸ ਮੈਨੂੰ ਦੱਸ ਮੈਨੂੰ ਦੱਸ ਮੈਨੂੰ ਤੂੰ ਜਿਹੜਾ ਹਾਂ ਮੈਂ ਕਰਦਾ ਓਕੇ ਐਕਸ਼ਨ ਉਹ ਤੋਂ ਠੀਕ ਪਿਆ ਨੂੰ ਉਹ ਲੈਟ ਦੇ ਮੋੜੀ ਉਹ ਤੁਹਾਡੀ ਪਿਆ ਮਾਂ ਪਿਓ ਦਾ ਨਹੀਂ ਬਣਿਆ